ਰਿਹਾ ਤੇ ਕੰਮ ਕੀਤਾ ਤਾਂ ਉਹ ਇੱਥੇ ਪਰਮਨੈਂਟ ਸੈਟਲਮੈਂਟ ਵੀ ਲੈ ਸਕਦੇ ਨੇ। ਕਾਫੀ ਸਾਰੇ ਕਾਲਰ ਲਾਈਨਾਂ ਦੇ ਉੱਤੇ ਨੇ, ਵੇਖਦੇ ਅੱਜ ਦੇ ਪਹਿਲੇ ਕਾਲਰ ਕੌਣ ਨੇ। ਜੀ ਹੈਲੋ ਜੀ ਮਲਿਕ ਸਾਹਿਬ, ਆਪਣਾ ਜਦੋਂ ਆਪਾਂ ਹੁਣ ਇਮੀਗ੍ਰੇਸ਼ਨ ਬੰਦ ਹੋ ਗਈ ਆ, ਜਿਹੜੇ ਇਟਲੀ ਵਗੈਰਾ ਜਾਂ ਯੂਰਪ ਤੋਂ ਆ ਰਹੇ ਬੰਦੇ ਉਹਨਾਂ ਲਈ ਜੀ, ਤੁਹਾਡੀ ਗੱਲ ਦਾ ਸ਼ੁਕਰੀਆ। ਨਹੀਂ, ਇਹ ਬੰਦ ਨਹੀਂ ਹੋਈ ਹੈ ਇਮੀਗ੍ਰੇਸ਼ਨ, ਲੇਕਿਨ ਚੁੱਕੇ ਯੂਕੇ ਯੂਰਪ ਤੋਂ ਬਾਹਰ ਨਿਕਲ ਗਿਆ, ਇਸ ਸਿਲਸਿਲੇ ਚ ਹੁਣ ਇੱਕ ਡੇਟ ਆ ਜਾਏਗੀ। ਉਸ ਡੇਟ ਤੋਂ ਬਾਅਦ ਜਿਹੜੇ ਯੂਰੋਪੀਅਨ ਸਿਟੀਜ਼ਨ ਹੋਣਗੇ ਉਹਨਾਂ ਨੂੰ ਯੂਕੇ ਵਿੱਚ ਕੰਮ ਕਰਨ ਦੀ ਇਜਾਜ਼ਤ ਨਹੀਂ ਹੋਏਗੀ, ਜਿਸ ਤਰ੍ਹਾਂ ਅੱਜ ਕੰਮ ਕਰਨ ਦੀ ਇਜਾਜ਼ਤ ਹੈ। ਲੇਕਿਨ ਅਗਰ ਕੋਈ ਬੰਦਾ ਅੱਜ ਜਾਂ ਕੱਲ ਯੂਰਪ ਤੋਂ ਆ ਜਾਂਦਾ, ਇੱਥੇ ਆ ਕੇ ਕੰਮ ਕਰਦਾ, ਉਹ ਇੱਥੇ ਰੈਜੀਡੈਂਟ ਪਰਮਿਟ ਜਾਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦਾ, ਰੈਜੀਡੈਂਟ ਪਰਮਿਟ ਲੈ ਸਕਦਾ। ਅੱਜ ਤੱਕ ਉਹ ਜਿਹੜਾ ਰਸਤਾ ਉਹ ਬੰਦ ਨਹੀਂ ਹੋਇਆ, ਲੇਕਿਨ ਬਹੁਤ ਜਲਦ ਹੋ ਜਾਏਗਾ। ਕੱਲ ਦਾ ਸ਼ੁਕਰੀਆ, ਵਧੀਆ। ਨੈਕਸਟ ਕਾਲਰ ਵੱਲ ਜੀ। ਸਤਿ ਸ੍ਰੀ ਅਕਾਲ ਮਲਿਕ ਸਾਹਿਬ ਜੀ। ਸਤਿ ਸ੍ਰੀ ਅਕਾਲ। ਹਾਂਜੀ, ਸਾਡੇ ਨਾ ਵੱਡੇ ਭਾਜੀ, ਵੱਡੇ ਭਾਜੀ ਇਟਲੀ ਵਿੱਚ ਆ। ਠੀਕ ਹੈ। ਉਹ ਜਿੱਦਾਂ ਉੱਥੋਂ ਆਨਲਾਈਨ ਉਹਨਾਂ ਨੇ ਇੰਸ਼ੋਰੈਂਸ ਨੰਬਰ ਇੱਥੇ ਅਪਲਾਈ ਕਰਨਾ, ਉਹ ਕਰ ਸਕਦੇ ਆ ਜਾਂ ਇੱਥੇ ਆਉਣਾ ਪਊਗਾ? ਜੀ, ਤੁਹਾਡੀ ਗੱਲ ਦਾ ਸ਼ੁਕਰੀਆ। ਨਹੀਂ, ਉਹਨਾਂ ਨੂੰ ਇੱਥੇ ਆਉਣਾ ਪਏਗਾ, ਇੱਥੇ ਆ ਕੇ ਕੰਮ ਲੱਭਣਾ ਪਏਗਾ। ਅਗਰ ਉਹਨਾਂ ਇੱਥੋਂ ਕੰਮ ਲੱਭ ਗਿਆ ਤਾਂ ਫਿਰ ਇੰਸ਼ੋਰੈਂਸ ਨੰਬਰ ਲੈ ਲੈਣਗੇ। ਅਗਰ ਕੰਮ ਲੱਭ ਗਿਆ, ਇੰਸ਼ੋਰੈਂਸ ਨੰਬਰ ਮਿਲ ਗਿਆ, ਫਿਰ ਉਹ ਇੱਥੇ ਆਪਣੇ 5 ਸਾਲ ਦੇ ਸਟੇ ਦੇ ਵਾਸਤੇ ਐਪਲੀਕੇਸ਼ਨ ਕਰ ਸਕਣਗੇ। ਲੇਕਿਨ ਇਹ ਅਗਰ ਉਹ ਕਰਨਾ ਚਾਹੁੰਦੇ ਨੇ ਤਾਂ ਜਿਤਨਾ ਜਲਦੀ ਹੋ ਸਕੇ ਇਤਨਾ ਜਲਦੀ ਕਰ ਲੈਣ, ਕਿਉਂਕਿ ਇੱਕ ਵਾਰੀ ਅਗਰ ਯੂਕੇ ਯੂਰਪ ਤੋਂ ਨਿਕਲ ਗਿਆ ਫਿਰ ਯੂਰੋਪੀਅਨ ਸਿਟੀਜ਼ਨ ਨੂੰ ਇੱਥੇ ਆ ਕੇ ਈਜ਼ੀਲੀ ਕੰਮ ਕਰਨ ਦੀ ਪਰਮਿਸ਼ਨ ਨਹੀਂ ਹੋਏਗੀ। ਤੁਹਾਡੀ ਕਾਲ ਦਾ ਸ਼ੁਕਰੀਆ, ਵਧੀਆ। ਨੈਕਸਟ ਕਾਲਰ ਵੱਲ ਜੀ। ਹੈਲੋ, ਸਤਿ ਸ੍ਰੀ ਅਕਾਲ ਸਰ ਜੀ। ਜੀ ਸਤਿ ਸ੍ਰੀ ਅਕਾਲ ਸਰ, ਮੈਂ ਆਪ ਜੀ ਨੂੰ ਰਿਕੁਐਸਟ ਕਰਨੀ ਸੀ, ਆਪ ਜੀ ਦਾ ਪ੍ਰੋਗਰਾਮ ਸ਼ੁਰੂ ਹੋਇਆ, ਕੁਛ ਬੋਲ ਰਹੇ ਸੀ ਤੇ ਮੇਰੇ ਟੀਵੀ ਦੀ ਆਵਾਜ਼ ਨਹੀਂ ਸੀ ਆ ਰਹੀ, ਤੇ ਪਲੀਜ਼ ਜ਼ਰਾ ਰਿਪੀਟ ਕਰ ਦਿਓ ਦੁਬਾਰਾ। ਨਾਲੇ ਮੈਂ ਇੱਕ ਗੱਲ ਹੋਰ ਪੁੱਛਣੀ ਸੀਗੀ ਕਿ ਕੀ ਹੁਣ ਕੋਈ ਇਹਨਾਂ ਦੇ ਲੈਗੇਸੀ ਸਕੀਮ ਦੇ ਚਾਂਸ ਹੈ ਜਾਂ ਫਿਰ ਲੌਂਗ ਟਾਈਮ ਵੇਟ ਕਰਨੀ ਪਈ? ਥੈਂਕ ਯੂ ਜੀ। ਜੀ, ਤੁਹਾਡੀ ਗੱਲ ਦਾ ਸ਼ੁਕਰੀਆ। ਅਸਲ ਦੇ ਵਿੱਚ ਲੈਗੇਸੀ ਇਸ ਗੌਰਮੈਂਟ ਨੂੰ ਆਉਣ ਤੋਂ ਪਹਿਲੇ ਹਰ 4-5 ਸਾਲ ਬਾਅਦ ਕੋਈ ਨਾ ਕੋਈ ਐਮਨੈਸਟੀ ਲੈਗੇਸੀ ਆਉਂਦੀ ਸੀ, ਲੇਕਿਨ ਜਦੋਂ ਤੋਂ ਇਹ ਗੌਰਮੈਂਟ ਆਈ ਇਹਨੇ ਲੈਗੇਸੀ ਨਹੀਂ ਕੱਢੀ, ਬਲਕਿ ਹੁਣ 2 ਲੈਗੇਸੀ ਡਿਊ ਹੋ ਚੁੱਕੀਆਂ ਹਨ। ਅੱਜ ਕੱਲ ਜਿਸ ਤਰ੍ਹਾਂ ਪਹਿਲੇ ਵੀ ਅਸੀਂ ਹੁਣ ਜ਼ਿਕਰ ਕੀਤਾ ਹੈ ਕਿ ਤੁਹਾਨੂੰ ਵੀ ਪਤਾ ਹੈ ਕਿ ਯੂਕੇ ਯੂਰਪ ਦਾ ਵੀ ਨਿਕਲ ਗਿਆ, ਇੱਥੇ ਤਕਰੀਬਨ 3 ਮਿਲੀਅਨ ਯਾਨੀ 3 ਲੱਖ ਯੂਰਪੀਅਨ ਲੋਕ ਨੇ ਜਿਹੜੇ ਯੂਕੇ ਦੇ ਵਿੱਚ ਰਹੇ ਨੇ। ਇਹਨਾਂ ਦੇ ਬਾਰੇ ਚ ਕੋਈ ਕਾਨੂੰਨ ਸੋਚ ਰਹੇ ਨੇ, ਕੋਈ ਕਾਨੂੰਨ ਬਣਾ ਰਹੇ ਨੇ ਕਿ ਇਹਨਾਂ ਦਾ ਕੀ ਕਰਨ? ਉਸ ਵਕਤ ਜਦੋਂ ਇਹਨਾਂ ਦੇ ਬਾਰੇ ਚ ਕਾਨੂੰਨ ਬਣੇਗਾ ਜਿਹੜਾ ਕਿ ਨੈਕਸਟ 2-3 ਮਹੀਨਿਆਂ ਦੇ ਵਿੱਚ ਬਣੇਗਾ, ਉਸ ਵਕਤ ਚਾਂਸਿਸ ਹਨ ਕਿ ਸ਼ਾਇਦ ਕੋਈ ਐਮਨੈਸਟੀ ਜਾਂ ਲੈਗੇਸੀ ਨਿਕਲ ਜਾਏ। ਲੇਕਿਨ ਚਾਂਸਿਸ ਨੇ, ਚੁੱਕੇ ਕਾਫੀ ਸਾਰੇ ਲੋਕ ਇਸ ਤਰ੍ਹਾਂ ਦੇ ਹੋ ਗਏ ਨੇ ਜਿਹੜੇ ਕਿ ਕੱਚੇ ਨੇ, ਜਿਨ੍ਹਾਂ ਦੇ ਕੇਸਿਸ ਦੇ ਫੈਸਲੇ ਨਹੀਂ ਹੋਏ ਨੇ, ਤਾਂ ਇਸ ਦੀ ਕਾਫੀ ਡਿਮਾਂਡ ਹੋ ਰਹੀ ਹੈ। ਚਾਂਸਿਸ ਨੇ ਕਿ ਸ਼ਾਇਦ ਨੈਕਸਟ ਫਿਊ ਮੰਥ ਵਿੱਚ ਕੋਈ ਨਾ ਕੋਈ ਐਮਨੈਸਟੀ ਨਿਕਲ ਆਏ। ਤੁਹਾਡੀ ਕਾਲ ਦਾ ਸ਼ੁਕਰੀਆ, ਵਧੀਆ। ਨੈਕਸਟ ਕਾਲਰ ਵੱਲ ਜੀ। ਜੀ ਤੁਸੀਂ ਗੱਲ ਕਰੋ ਜੀ। ਜੀ ਜਿਵੇਂ ਲੱਗਦਾ ਕਿ ਸ਼ਾਇਦ ਇਹ ਕਾਲ ਡਰਾਪ ਹੋ ਰਹੀ ਹੈ, ਵਧੀਆ। ਨੈਕਸਟ ਕਾਲਰ ਵੱਲ ਜੀ। ਲੱਗਦਾ ਕਿ ਸ਼ਾਇਦ। ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਜੀ, ਤੁਸੀਂ ਗੱਲ ਕਰੋ ਜੀ। ਹਾਂਜੀ, ਅਸਲਾਮ ਅਲੈਕੁਮ ਜੀ। ਜੀ ਵਾਲੇਕੁਮ ਸਲਾਮ। ਅੱਛਾ, ਅਸੀਂ ਨਾ ਮੈਂ ਅੱਗੇ ਵੀ ਫੋਨ ਕੀਤਾ ਸੀਗਾ, ਆਪਣੇ ਪਰਮਾਨੈਂਟ ਰੈਜੀਡੈਂਸ ਕਾਰਡ ਦੇ ਪੇਪਰ ਭੇਜੇ ਸੀਗੇ। ਅੱਛਾ, ਉਹਨਾਂ ਨੇ ਪਹਿਲਾਂ ਦੱਸਿਆ ਨੀ, ਮੈਂ ਇੱਕ ਦਿਨ ਫੋਨ ਵੀ ਕੀਤਾ ਵੀ ਸਾਡੇ ਬੈਂਕ ਤੋਂ ਪੈਸੇ ਨੀ ਕੱਟ ਹੋਏ, ਤਾਂ ਕਹਿੰਦੇ ਜੇ ਨਹੀਂ ਕੱਟ ਹੋਏ ਤਾਂ ਫਿਰ ਤੁਹਾਨੂੰ 4 ਤੋਂ 6 ਵੀਕ ਦੇ ਵਿੱਚ ਪੇਪਰ ਵਾਪਸ ਆ ਜਾਣੇ ਸੀ। ਠੀਕ ਹੈ। ਤਾਂ ਪੇਪਰ ਹੁਣ ਸਾਨੂੰ 3 ਮਹੀਨਿਆਂ ਬਾਅਦ ਭੇਜ ਦਿੱਤੇ ਵਾਪਸ, ਕਹਿੰਦੇ ਵੀ ਤੁਸੀਂ ਦੁਬਾਰਾ ਸਾਨੂੰ ਪੇਮੈਂਟ ਵਾਲਾ ਫਾਰਮ ਭਰ ਕੇ ਭੇਜੋ, ਤਾਂ ਪਹਿਲਾਂ ਫਾਰਮ ਪਤਾ ਨੀ ਕਿੱਥੇ ਗਵਾ ਲਿਆ ਉਹਨਾਂ ਨੇ। ਅੱਛਾ, ਤੇ ਉਹ ਹੁਣ ਸਾਡੇ ਪੇਪਰ ਵਾਪਸ ਆ ਗਏ, ਹੁਣ ਅਸੀਂ ਵਿੱਚੋਂ ਉਹਨਾਂ ਦੇ ਕੋਲ ਪੇਪਰ ਬਦਲੀਏ ਜਾਂ ਪੇਮੈਂਟ ਨਾਲ ਭੇਜ ਕੇ ਤਾਂ ਉਹੀ ਪੇਪਰ ਵਾਪਸ ਕਰ ਦਈਏ? ਜੀ ਤੁਹਾਡੀ ਕਾਲ ਦਾ ਸ਼ੁਕਰੀਆ। ਪਤਾ ਨਹੀਂ ਰਸਤੇ ਚ ਕੋਈ ਗੜਬੜ ਹੋ ਗਈ ਹੈ, ਤੁਸੀਂ ਦੁਬਾਰਾ ਐਪਲੀਕੇਸ਼ਨ ਕਰਨਾ ਪਏਗੀ, ਲੇਕਿਨ ਲੇਟੈਸਟ ਪੇਪਰ ਸਬਮਿਟ ਕਰਨਾ ਪੈਣਗੇ। ਜਿਹੜੇ ਪੇਪਰ ਪਹਿਲੇ ਦਿੱਤੇ ਨੇ ਉਹ ਤਾਂ ਠੀਕ ਹਨ, ਲੇਕਿਨ ਉਸ ਤੋਂ ਬਾਅਦ ਜਿਹੜੇ ਹੋਰ ਕੋਈ ਲੇਟੈਸਟ ਪੇਪਰ ਨੇ, ਜਿਸ ਤਰ੍ਹਾਂ ਜਦੋਂ ਪਹਿਲੇ ਪੇਪਰ ਭੇਜੇ ਨੇ ਉਸ ਤੋਂ ਬਾਅਦ ਅਗਰ ਤੁਹਾਡੀਆਂ ਕੋਈ ਪੇ ਸਲਿਪਸ ਨੇ ਜਾਂ ਕੋਈ ਬੈਂਕ ਸਟੇਟਮੈਂਟ ਨੇ ਜਾਂ ਕੋਈ ਬਿੱਲ ਤੁਹਾਡੇ ਕੋਲ ਨੇ, ਉਹ ਸਾਰੇ ਪੇਪਰ ਲੇਟੈਸਟ ਵੀ ਲਾ ਕੇ ਸਾਰੇ ਪੇਪਰ ਤੇ ਫਿਰ ਤੁਸੀਂ ਦੁਬਾਰਾ ਐਪਲੀਕੇਸ਼ਨ ਕਰੋਗੇ। ਲੇਕਿਨ ਤੁਹਾਡੇ ਕੋਲ ਨਵੇਂ ਪੇਪਰ ਵੀ ਮੰਗਣਗੇ, ਹੁਣ ਤੱਕ ਨੇ ਜਿੰਨੇ ਪੇਪਰ ਨੇ ਉਹ ਸਾਰੇ ਲਾ ਕੇ ਐਪਲੀਕੇਸ਼ਨ ਕਰੋਗੇ। ਕੱਲ ਦਾ ਸ਼ੁਕਰੀਆ, ਵਧੀਆ। ਨੈਕਸਟ ਕਾਲਰ ਵੱਲ ਜੀ। ਹੈਲੋ ਜੀ, ਮੈਂ ਪੁੱਛਣਾ ਸੀਗਾ, ਜੇ ਬੇਬੀ ਬੋਰਨ ਹੁੰਦਾ ਆ ਤੇ ਹੁਣ ਉਹਨਾਂ ਨੇ ਡਾਕਟਰ ਦੀ ਫੀਸ ਆਪਾਂ ਨੂੰ ਪੇ ਕਰਨੀ ਪੈਂਦੀ ਹੈ, ਪ੍ਰਾਈਵੇਟ ਕਰਾਉਣਾ ਪੈਂਦਾ ਆ? ਕੀ ਚੀਜ਼ ਕਰਾਉਣੀ ਪੈਂਦੀ ਜੇ ਫੀਸ ਉਹਨਾਂ ਡਾਕਟਰ ਦੀ, ਜਿੱਦਾਂ ਹੁਣ ਇੱਥੇ ਡਾਕਟਰ ਫ੍ਰੀ ਆ ਹਨਾ? ਨਹੀਂ, ਲੇਕਿਨ ਉਹ ਹੈ ਕਿ ਕਿਹੜੇ ਬੰਦੇ ਦੇ ਵਾਸਤੇ ਫ੍ਰੀ ਹੈ? ਜਿਹੜੇ ਲੋਕ ਬ੍ਰਿਟਿਸ਼ ਨੈਸ਼ਨਲ ਨੇ ਜਾਂ ਜਿਹਨਾਂ ਦੇ ਕੋਲ ਸਟੇ ਹੈ ਪੱਕਾ, ਉਹਨਾਂ ਦੇ ਵਾਸਤੇ ਤਾਂ ਫ੍ਰੀ ਹੈ। ਲੇਕਿਨ ਜਿਹੜੇ ਕੱਚੇ ਸਟੇ ਦੇ ਵਾਸਤੇ ਨੇ ਉਹਨਾਂ ਨੂੰ ਫੀ ਪੇ ਕਰਨਾ ਪੈਂਦੀ ਹੈ, ਜਿਹੜੀ ਕਿ 200 ਪਾਉਂਡ ਪਰ ਈਅਰ ਹੈ। ਜਦੋਂ ਕੋਈ ਬੰਦਾ ਆਪਣੇ ਸਟੇ ਦੇ ਵਾਸਤੇ ਐਪਲੀਕੇਸ਼ਨ ਕਰ ਰਿਹਾ, ਉਸ ਵਕਤ ਤੋਂ ਇਮੀਗ੍ਰੇਸ਼ਨ ਵਾਲੇ ਤੁਹਾਡੇ ਕੋਲੋਂ 2.5 ਸਾਲ ਦੀ ਯਾਨੀ 500 ਪਾਉਂਡ ਤੁਹਾਡੇ ਕੋਲੋਂ ਇਨ ਐਡਵਾਂਸ ਲੈ ਲੈਂਦੇ ਨੇ। ਕੱਲ ਦਾ ਸ਼ੁਕਰੀਆ, ਵਧਦੇ ਹਾਂ। ਨੈਕਸਟ ਕਾਲਰ ਵੱਲ ਜੀ।
ਜੀ ਤੁਸੀਂ ਗੱਲ ਕਰੋ ਜੀ। ਮੈਨੂੰ ਲੱਗਦਾ ਹੈ ਸ਼ਾਇਦ ਇਹ ਕਾਲ ਡਰਾਪ ਹੋ ਰਹੀ ਹੈ। ਵਧੀਆ, ਨੈਕਸਟ ਕਾਲਰ ਵਾਲ ਜੀ ਜੀ ਤੁਸੀਂ ਗੱਲ ਕਰੋ ਜੀ। ਹੈਲੋ, ਹਾਂਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜਿੱਦਾਂ ਜੀ ਮੇਰੇ ਮੰਮੀ ਡੈਡੀ ਆਏ ਇੰਡੀਆ ਤੋਂ, ਜਿੱਦਾਂ ਅਸੀਂ ਦੋ ਹੀ ਭਰਾ, ਦੋਵੇਂ ਹੀ ਇੱਥੇ ਆ। ਅੱਛਾ, ਜੋਰਪ ਦੀ ਸਿਟੀ ਆ ਸਾਡੇ ਕੋਲ, ਦੋਵਾਂ ਕੋਲ, ਸਾਡਾ ਹੋਰ ਕੋਈ ਭੈਣ ਭਰਾ ਨੀ। ਤੁਹਾਡੀ ਕਿਹੜੀ ਨੈਸ਼ਨੈਲਿਟੀ ਆ? ਜੋਰਪ ਦੀ ਸਿਟੀ ਆ ਸਾਡੇ ਕੋਲ। ਕਿਹੜੀ ਕੰਟਰੀ ਦੀ? ਪੋਰਟੁਗਲ ਦੀ ਆ ਜੀ। ਠੀਕ ਹੈ, ਤੇ ਤੁਹਾਡੇ ਡੈਡੀ ਦੀ ਕਿੰਨੀ ਏਜ ਆ? ਡੈਡੀ ਦੀ ਹੈਗੀ 75,000। ਤੇ ਤੁਸੀਂ ਇੱਥੇ ਕੰਮ ਕਰ ਰਹੇ ਹੋ? ਹਾਂਜੀ, ਕੰਮ ਕਰਦੇ ਆ। ਕਿੱਦਾਂ ਅਜੇ ਇਹਨਾਂ ਨੂੰ ਪੱਕੇ ਕਰਾ ਸਕਦੇ ਇੱਥੇ ਜੀ? ਆਪਣਾ ਰੈਜ਼ੀਡੈਂਟ ਪਰਮਿਟ ਤੁਸੀਂ ਲਿੱਤਾ ਕਿ ਨਹੀਂ ਅਜੇ? ਲਿਆ ਜੀ, ਸਭ ਕੁਝ ਲਿਆ। ਠੀਕ ਹੈ ਜੀ, ਤੁਹਾਡੀ ਕਾਲ ਦੇ ਸ਼ੁਕਰੀਆ। ਹਾਂ, ਉਹਨੇ ਦੀ ਇੱਥੇ ਅਗਰ ਉਹ ਤੁਹਾਡੇ ਤੇ ਡਿਪੈਂਡ ਕਰ ਰਹੇ ਨੇ, ਯਾਨੀ ਪਿੱਛੇ ਕੋਈ ਉਹਨਾਂ ਦੀ ਲੁੱਕ ਆਫਟਰ ਨਹੀਂ ਕਰ ਰਿਹਾ, ਤੁਸੀਂ ਉਹਨੇ ਦਾ ਖਰਚਾ ਟੋਰ ਰਹੇ ਸੀ, ਤੇ ਜਦੋਂ ਉਹ ਯੂਕੇ ਦੇ ਵਿੱਚ ਮੌਜੂਦ ਨੇ, ਤੁਸੀਂ ਐਪਲੀਕੇਸ਼ਨ ਪਾ ਕੇ ਉਹਨੇ ਦੇ ਸਟੇ ਦੇ ਵਾਸਤੇ ਐਪਲੀਕੇਸ਼ਨ ਪਾ ਸਕਦੇ ਹੋ। ਤੁਸੀਂ ਐਪਲੀਕੇਸ਼ਨ ਅਗਰ ਕਰਨਾ ਚਾਹੋ ਤੇ ਕਰ ਸਕੋਗੇ। ਕਾਲ ਦਾ ਸ਼ੁਕਰੀਆ, ਵਧੀਆ। ਨੈਕਸਟ ਕਾਲਰ ਵਾਲ ਜੀ ਜੀ ਗੱਲ ਕਰੋ ਜੀ। ਜੀ ਸਤਿ ਸ੍ਰੀ ਅਕਾਲ ਸਰ, ਮੈਂ ਆਪਣੇ ਵੀਜ਼ੇ ਬਾਰੇ ਗੱਲ ਕਰਨੀ ਸੀ। ਮੈਂ ਆਪਣਾ ਸਪਾਊਸ ਵੀਜ਼ਾ ਅਪਲਾਈ ਕੀਤਾ ਸੀ 2014 ਦੇ ਵਿੱਚ, ਉਹ 2014 ਦੇ ਵਿੱਚ ਰਿਫਿਊਜ਼ ਹੋ ਗਿਆ ਸੀ। ਫਿਰ ਅਸੀਂ ਅਪੀਲ ਤੇ ਗਏ ਸੀਗੇ, ਉਸ ਤੋਂ ਬਾਅਦ ਉਹਨਾਂ ਨੇ, ਹੋਮ ਆਫਿਸ ਨੇ ਆਪਣੀ ਅਪੀਲ ਜਿਹੜੀ ਵਿਦਡਰੋ ਕਰ ਲਈ ਸੀਗੀ, ਤੇ ਹੁਣ ਉਹਨਾਂ ਨੇ 1.5 ਸਾਲ ਬਾਅਦ ਫਿਰ ਸਾਨੂੰ ਲੈਟਰ ਭੇਜਿਆ ਕਿ ਉਹਨਾਂ ਨੇ ਫਿਰ ਮੇਰਾ ਕੇਸ ਜਿਹੜਾ ਰਿਫਿਊਜ਼ ਕਰਤਾ ਹੈ। ਉਹਨਾਂ ਨੇ ਲਿਖਿਆ ਹੈ ਕਿ ਇਟ ਇਜ਼ ਐਕਸੈਪਟਡ ਦੈਟ ਯੂ ਮੀਟ ਯੂਅਰ ਸੂਟੇਬਿਲਿਟੀ ਰਿਕੁਆਇਰਮੈਂਟ ਆਫ ਪੈਰਾਗ੍ਰਾਫ RLTP I-111। ਇਹ ਵਾਲਾ ਤੇ ਉਹਨਾਂ ਨੇ ਐਕਸੈਪਟ ਕਰ, ਇਹਦੇ ਵਿੱਚ ਉਹਨਾਂ ਨੇ ਜਿਹੜੀ ਮਿਸਟੇਕ ਦੱਸੀ, ਉਹ ਕਹਿੰਦੇ ਕਿ ਜਿਹੜੇ ਤੁਹਾਡੇ ਪਾਰਟਨਰ ਦੇ ਚਿਲਡਰਨ, ਐਕਸ ਚਿਲਡਰਨ ਮੇਰੇ, ਉਹ ਇੱਥੇ ਸਾਡੇ ਕੋਲ ਆਉਂਦੇ ਨੇ, ਉਹਨਾਂ ਦੀਆਂ ਤੁਸੀਂ ਸਾਨੂੰ ਫੋਟੋਗ੍ਰਾਫ ਨਹੀਂ ਭੇਜਦੀਆਂ ਕਿ ਉਹ ਤੁਹਾਡੇ ਕੋਲ ਆ ਕੇ ਸਟੇਅ ਕਰਦੇ ਨੇ ਔਰ ਨਹੀਂ। ਇਸ ਬੇਸ ਤੇ ਉਹਨਾਂ ਨੇ ਫਿਰ ਰਿਫਿਊਜ਼ ਕਰਤਾ ਹੈ, ਤੇ ਕੀ ਮੈਨੂੰ ਹੁਣ ਅਪੀਲ ਲਈ ਜਾਣਾ ਚਾਹੀਦਾ ਹੈ ਜਾਂ ਅਪੀਲ ਦੀ ਫੀਸ ਕਿੰਨੀ ਹੈ ਤੁਸੀਂ ਮੈਨੂੰ ਦੱਸੋਗੇ? ਉਹਨਾਂ ਨੇ ਮੈਨੂੰ ਅਪੀਲ ਦਾ ਚਾਂਸ ਦਿੱਤਾ ਹੈ Tier 1। ਠੀਕ ਹੈ ਜੀ, ਤੁਹਾਡੀ ਕਾਲ ਦਾ ਸ਼ੁਕਰੀਆ। ਤੁਸੀਂ ਇਹ ਪੇਪਰ ਕਿਸੇ ਵਕੀਲ ਨੂੰ ਦੱਸ ਕੇ ਉਹਨੂੰ ਤੋਂ ਐਡਵਾਈਸ ਲੈ ਲਿਓ। ਤੁਹਾਨੂੰ ਅਪੀਲ ਦਾ ਰਾਈਟ ਤਾਂ ਮਿਲ ਗਿਆ, ਅਗਰ ਅਪੀਲ ਕਰਨਾ ਚਾਹੋ ਉਸਦੀ ਗੌਰਮੈਂਟ ਜਿਹੜੀ ਫੀ ਆ ਉਹ ਤੁਹਾਡੇ ਕੋਲ £800 ਚਾਰਜ ਕਰਨਗੇ ਸਿਰਫ ਅਪੀਲ ਕਰਨੇ ਦੀ। ਲੇਕਿਨ ਜਦੋਂ ਇਹ ਕੇਸ ਹੇਅਰਿੰਗ ਦੇ ਵਾਸਤੇ ਜਾਏਗਾ ਫਿਰ ਤੁਹਾਨੂੰ ਹੋਰ ਵੀ ਇਸ 'ਤੇ ਖਰਚਾ ਆਏਗਾ। ਲੇਕਿਨ ਤੁਸੀਂ ਵਕੀਲ ਨੂੰ ਪੇਪਰ ਦੱਸ ਕੇ ਵਿਖਾ ਕੇ ਉਹਨੇ ਤੋਂ ਐਡਵਾਈਸ ਲੈ ਲਿਓ ਕਿ ਤੁਸੀਂ ਨਿਊ ਐਪਲੀਕੇਸ਼ਨ ਕਰੋ ਜਾਂ ਕਿ ਤੁਸੀਂ ਅਪੀਲ ਕਰੋ। ਉਹ ਤੁਹਾਨੂੰ ਪੇਪਰ ਵੇਖ ਕੇ ਤਾਂ ਦੱਸੇਗਾ ਕਿ ਤੁਸੀਂ ਕੀ ਕਰ ਸਕਦੇ ਹੋ। ਲੇਕਿਨ ਅਪੀਲ ਕਰਨਾ ਚਾਹੋ ਉਸਦੀ ਫੀ ਇਸ ਵੇਲੇ £800 ਗੌਰਮੈਂਟ ਤੁਹਾਡੇ ਕੋਲ ਚਾਰਜ ਕਰੇਗੀ, ਪਲੱਸ ਅਗਰ ਕੋਈ ਵਕੀਲ ਹਾਇਰ ਕਰੋਗੇ ਉਹ ਵੀ ਤੁਹਾਡੀ ਫੀ ਲਏਗਾ ਤੁਹਾਡੇ ਤੋਂ। ਕਾਲ ਦਾ ਸ਼ੁਕਰੀਆ, ਵਧੀਆ। ਨੈਕਸਟ ਕਾਲਰ ਵਾਲ ਜੀ ਹੈਲੋ ਜੀ। ਹੈਲੋ ਮਲਿਕ ਸਾਹਿਬ ਜੀ, ਮੈਂ ਜੀ ਇਟਲੀ ਤੋਂ ਬੋਲਦਾ। ਮੈਂ ਇਟਲੀ ਦੇ ਯੂਰੋਪੀਅਨ ਸਿਟੀਜ਼ਨ ਆ ਮੇਰੇ ਕੋਲ ਜੀ। ਮੈਂ ਜੇ ਇੱਥੇ ਮੂਵ ਹੋਣਾ ਉਹਦੇ ਲਈ ਕੀ ਪ੍ਰੋਸੀਜਰ ਹੈ ਜੀ? ਜਾਂ ਉਹ ਜਿਹੜਾ ਨੈਸ਼ਨਲ ਸ਼ੁਰੂ ਨੰਬਰ ਹੈ ਉਹ ਬਣ ਜਾਂਦਾ ਕਿ ਬੰਦ ਕੀਤੇ ਜਾਂ ਕੀ ਉਹਦਾ ਸਭ ਜੀ? ਤੁਹਾਡੀ ਕੱਲ ਦਾ ਸ਼ੁਕਰੀਆ। ਇਸ ਵੇਲੇ ਅਗਰ ਤੁਸੀਂ ਯੂਕੇ ਦੇ ਵਿੱਚ ਆ ਜਾਓ ਤੇ ਤੁਸੀਂ ਅੱਗੇ ਇੱਥੇ ਕੰਮ ਕਰਨ ਦੀ ਤੁਹਾਨੂੰ ਇਜਾਜ਼ਤ ਹੈ। ਅਗਰ ਕੰਮ ਕਰੋ ਤਾਂ ਤੁਹਾਨੂੰ ਇੱਥੇ ਨੈਸ਼ਨਲ ਇੰਸ਼ੋਰੈਂਸ ਨੰਬਰ ਵੀ ਇਸ਼ੂ ਹੋ ਜਾਏਗਾ ਤੇ ਤੁਹਾਨੂੰ ਇੱਕ ਰੈਜ਼ੀਡੈਂਟ ਪਰਮਿਟ ਹੈ ਉਹ ਵੀ ਤੁਹਾਨੂੰ ਇੱਥੇ ਰਹਿਣ ਦੀ ਪਰਮਿਸ਼ਨ ਮਿਲ ਜਾਊਗੀ। ਲੇਕਿਨ ਇਹ ਸਿਰਫ ਨੈਕਸਟ ਫਿਊ ਮੰਥ ਤੱਕ ਹੈ। ਜਦੋਂ ਯੂਕੇ ਯੂਰਪ ਤੋਂ ਵਿੱਚੋਂ ਨਿਕਲ ਗਿਆ ਉਸ ਤੋਂ ਬਾਅਦ ਤੁਹਾਡੇ ਤੋਂ ਪਾਸੀਬਲ ਨਹੀਂ ਰਹੇਗਾ। ਲੇਕਿਨ ਅਗਰ ਤੁਸੀਂ ਹੁਣ ਇਸ ਵੇਲੇ ਯੂਕੇ ਆ ਜਾਓ, ਇੱਥੇ ਆ ਕੇ ਕੰਮ ਕਰਨਾ ਸ਼ੁਰੂ ਕਰਦੇ ਹੋ, ਤੁਹਾਨੂੰ ਇੱਥੇ ਰੈਜ਼ੀਡੈਂਟ ਪਰਮਿਟ ਹੀ ਮਿਲ ਜਾਏਗਾ ਤੇ ਤੁਹਾਨੂੰ ਇੰਸ਼ੋਰੈਂਸ ਨੰਬਰ ਵੀ ਇਸ਼ੂ ਹੋ ਜਾਏਗਾ। ਕੱਲ ਦਾ ਸ਼ੁਕਰੀਆ, ਵਧੀਆ। ਨੈਕਸਟ ਕਾਲਰ ਵਾਲ ਜੀ ਹੈਲੋ ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਵਕੀਲ ਸਾਹਿਬ, ਪੁੱਛਣਾ ਹੈ ਜਿੱਦਾਂ ਮੈਂ ਯੂਰਪ ਤੋਂ ਆਇਆ ਤੇ ਮੇਰੀ ਮਦਰ ਇੱਥੇ ਮੈਂ ਸੱਦੀ ਆ। ਹੈਲੋ ਜੀ ਜੀ ਹਾਂ, ਤੁਸੀਂ ਗੱਲ ਕਰੋ। ਤੇ ਮੇਰੀ ਮਦਰ ਵੀ ਇੱਥੇ ਜਦੋਂ ਦੂਸਰੀ ਵਾਰੀ ਆਈ ਆ ਤੇ ਮੈਂ ਪੇਪਰ ਅਪਲਾਈ ਕੀਤੇ ਉਹਦੇ ਸਟੇ ਵਾਸਤੇ ਇੱਥੇ ਰਹਿਣ ਵਾਸਤੇ। ਠੀਕ ਹੈ, ਤੇ ਉਹਨੂੰ ਜਿੱਦਾਂ ਪਹਿਲਾਂ ਤੇ ਫਿੰਗਰਾਂ ਦੀ ਲੈਟਰ ਆ ਗਈ ਆ ਤੇ ਦੁਬਾਰਾ ਜਿੱਦਾਂ 6 ਮੰਥ ਦੀ ਆਉਂਦੀ ਆ ਸਟੇ ਵਾਸਤੇ ਲੈਟਰ, ਠੀਕ ਉਹ ਵੀ ਆ ਗਈ ਆ ਤੇ ਜਿੱਦਾਂ ਹੁਣ ਉਹਨਾਂ ਨੂੰ ਵੀਜ਼ਾ ਲੱਗਣ ਦੇ ਚਾਂਸ ਹੈਗੇ ਕਿ ਨਹੀਂ? ਜੀ ਤੁਹਾਡੀ ਕੱਲ ਦਾ ਸ਼ੁਕਰੀਆ। ਹਾਂ, ਉਹਨਾਂ ਨੂੰ ਇੱਥੇ ਵੀਜ਼ਾ ਲੱਗ ਜਾਊਗਾ, ਕਿਉਂਕਿ ਜਿਹੜੇ ਬੰਦੇ ਯੂਰੋਪੀਅਨ ਸਿਟੀਜ਼ਨ ਯੂਕੇ ਦੇ ਵਿੱਚ ਰਹਿ ਰਹੇ ਨੇ, ਜਿਸ ਤਰ੍ਹਾਂ ਤੁਸੀਂ ਅੱਜ ਕੱਲ੍ਹ ਇੱਥੇ ਰਹਿ ਰਹੇ ਹੋ, ਅਗਰ ਤੁਹਾਡੀ ਮਾਤਾ ਜੀ ਇੱਥੇ ਯੂਕੇ ਆਏ ਨੇ, ਤੁਸੀਂ ਇੱਥੋਂ ਐਪਲੀਕੇਸ਼ਨ ਪਾਓ, ਉਹਨਾਂ ਨੂੰ ਤੁਹਾਨੂੰ ਸਟੇਅ ਲੱਭ ਜਾਏਗਾ, ਉਸਦੇ ਕਾਫੀ ਜ਼ਿਆਦਾ ਚਾਂਸਿਸ ਨੇ। ਅਗਰ ਉਹ ਤੁਹਾਡੇ 'ਤੇ ਡਿਪੈਂਡ ਕਰ ਰਹੇ ਨੇ, ਉਹਨਾਂ ਦਾ ਤੁਸੀਂ ਖਰਚਾ ਟੋਰ ਰਹੇ ਸੀ ਹੋ, ਫਿਰ ਉਹਨਾਂ ਦਾ ਇੱਥੋਂ ਸਟੇਅ ਹੋ ਜਾਏਗਾ। ਜਦੋਂ ਉਹ ਯੂਕੇ ਵਿੱਚ ਇੱਥੋਂ ਐਪਲੀਕੇਸ਼ਨ ਕਰਕੇ ਸਟੇਟਸ ਚੇਂਜ ਕਰ ਸਕਦੇ ਨੇ, ਤੁਹਾਡੇ ਬਾਇਓਮੈਟ੍ਰਿਕਸ ਹੋ ਗਏ, ਲੇਕਿਨ ਤੁਹਾਡੇ ਕੇਸ ਦਾ ਫੈਸਲਾ ਹੁੰਦੇ 4-5 ਮਹੀਨੇ ਹੋਰ ਲੱਗ ਜਾਣਗੇ, ਤਾਂ ਜਸਟ ਵੇਟ ਕਰੋ ਤੇ ਚਾਂਸਿਸ ਨੇ ਕਿ ਉਹਨਾਂ ਦਾ ਇੱਥੇ ਸਟੇਅ ਲੱਗ ਜਾਏਗਾ। ਕੱਲ ਦਾ ਸ਼ੁਕਰੀਆ, ਵਧੀਆ। ਅਗਲੇ ਕਾਲਰ ਵਾਲ ਜੀ ਹਾਂਜੀ, ਕੀ ਹਾਲ ਚਾਲ ਹੈ ਜੀ? ਜੀ ਠੀਕ। ਹਾਂਜੀ, ਮੇਰੇ ਫਾਦਰ ਸਾਹਿਬ EU ਸਿਟੀਜ਼ਨ ਨੇ ਤੇ ਮੈਂ ਉਹਨਾਂ ਤੇ ਡਿਪੈਂਡੈਂਟ ਆਇਆ ਸੀ, ਤੇ ਹੁਣ ਮੈਂ ਇੱਥੇ ਦਾ ਰੈਜ਼ੀਡੈਂਸ ਕਾਰਡ ਅਪਲਾਈ ਕੀਤਾ ਹੋਇਆ ਤੇ ਉਹਨਾਂ ਨੇ ਰਿਫਿਊਜ਼ ਕਰ ਦਿੱਤਾ, ਤੇ ਉਹਨਾਂ ਨੇ ਹੁਣ ਅਪੀਲ ਲਈ ਲੈਟਰ ਭੇਜਿਆ ਹੋਇਆ। ਜੇ ਮੈਂ ਅਪੀਲ ਕਰਾਂ 14 ਦਿਨਾਂ ਦੇ ਵਿੱਚ ਅਪੀਲ ਲਈ ਭੇਜਿਆ ਹੋਇਆ, ਜੇ ਮੈਂ ਅਪੀਲ ਕਰਾਂ ਤੇ ਉਹ ਤੁਸੀਂ ਦੱਸ ਸਕਦੇ ਟਾਈਮ ਕਿੰਨਾ ਕੁ ਲੱਗ ਸਕਦਾ? ਉਹਨੇ ਰਿਫਿਊਜ਼ ਕਿਉਂ ਕੀਤਾ ਹੈ?
ਉਹਨਾਂ ਨੇ ਕਿਹਾ ਵੀ ਸਾਨੂੰ ਲੱਗਦਾ ਨਹੀਂ ਤੁਸੀਂ ਇੰਡੀਪੈਂਡੈਂਟ ਆ, ਤੁਸੀਂ ਇੰਡੀਪੈਂਡੈਂਟ ਆ ਕਿਉਂਕਿ ਤੁਸੀਂ ਨੈਸ਼ਨਲ ਇੰਸ਼ੋਰੈਂਸ ਨੰਬਰ ਲਿਆ ਹੋਇਆ। ਠੀਕ ਹੈ ਜੀ, ਤੁਹਾਡੀ ਕਾਲ ਦਾ ਸ਼ੁਕਰੀਆ। ਤੁਸੀਂ ਹੁਣ ਅਪੀਲ ਕਰ ਸਕਦੇ ਹੋ, ਅੱਗੇ ਅਪੀਲ ਦੇ ਵਿੱਚ ਤਕਰੀਬਨ 8-9 ਮਹੀਨੇ ਲੱਗ ਜਾਣਗੇ, ਫਿਰ ਇਹ ਜੱਜ ਦੇ ਕੋਲ ਜਾਏਗਾ ਤੇ ਉਹ ਫਿਰ ਇਸਦਾ ਫੈਸਲਾ ਕਰੇਗਾ। ਉਹ ਬੱਚੇ ਜਿਹੜੇ ਕਿ ਆਪਣੇ ਪੇਰੈਂਟਸ ਤੋਂ ਇੱਥੇ ਡਿਪੈਂਡ ਕਰ ਰਹੇ ਨੇ, ਯਾਨੀ ਫੁੱਲ ਟਾਈਮ ਕੋਈ ਕੰਮ ਨਹੀਂ ਕਰ ਰਹੇ ਨੇ, ਜਾਂ ਜਿਹਨਾਂ ਦਾ ਵਿਆਹ ਨਹੀਂ ਹੋਇਆ, ਅਗਰ ਉਹ ਉਹਨਾਂ ਦੇ ਪੇਰੈਂਟਸ ਉਹਨਾਂ ਦਾ ਖਰਚਾ ਤੋੜ ਰਹੇ ਨੇ, ਫਿਰ ਉਹ ਇੱਥੇ ਰਹਿ ਸਕਦੇ ਨੇ। ਤਾਂ ਬਹਰਹਾਲ ਤੁਹਾਡੇ ਵਾਸਤੇ ਜ਼ਿਆਦਾ ਬਿਹਤਰ ਹੈ ਕਿ ਜਿੱਦਾਂ ਜਲਦੀ ਹੋ ਸਕੇ ਇਸ ਦੇ ਵਿੱਚ ਅਪੀਲ ਕਰ ਦਿਓ। ਤੁਹਾਡੀ ਕਾਲ ਦਾ ਸ਼ੁਕਰੀਆ, ਵਧੀਆ। ਨੈਕਸਟ ਕਾਲਰ ਵਾਲ ਜੀ, ਜੀ ਤੁਸੀਂ ਗੱਲ ਕਰੋ ਜੀ। ਜੀ ਜੀ ਸਰ ਜੀ, ਮੈਂ ਪਤਾ ਕਰਨਾ ਸੀ ਕਿ ਮੇਰੀ ਸ਼ਾਦੀ ਕਿਉਂ ਜੋ 2 ਸਾਲ ਹੋ ਗਏ ਨੇ ਵਾਈਫ ਤੋਂ ਸੈਪਰੇਟ ਹੋਣਾ, ਲੇਕਿਨ ਡਿਵੋਰਸ ਨਹੀਂ ਹੋਇਆ। ਇਸ ਕਾਨੂੰਨ ਦੇ ਮੁਤਾਬਿਕ ਉਹ ਡਿਵੋਰਸ ਹੋ ਜਾਣਾ ਹੈ, 2 ਸਾਲ ਵਿੱਚ ਹੀ ਮੈਨੂੰ ਅਪਲਾਈ ਕਰਨਾ ਪੈਣਾ ਕੇਸ ਸਿਸਟਮ ਹੈ। ਤਾਂ ਤੁਹਾਡੇ ਇਮੀਗ੍ਰੇਸ਼ਨ ਦਾ ਕੀ ਸਟੇਟਸ ਹੈ? ਠੀਕ ਹੈ, ਮੇਰੀ ਇੱਥੇ ਸਟੇ ਹੋਈ ਹੈ। ਪੱਕੀ ਸਟੇ ਹੋ ਗਈ ਹੈ? ਹਾਂਜੀ, ਸਟੇ ਹੋਈ ਹੈ ਕਿਉਂਕਿ ਮੈਨੂੰ ਇੱਥੇ 12 ਸਾਲ ਹੋ ਗਏ ਨੇ। ਠੀਕ ਹੈ ਜੀ, ਤੁਹਾਡੀ ਕਾਲ ਦਾ ਸ਼ੁਕਰੀਆ। ਨਹੀਂ, ਇਸ ਤਰ੍ਹਾਂ ਤੁਹਾਨੂੰ ਆਟੋਮੈਟਿਕਲੀ ਡਿਵੋਰਸ ਨਹੀਂ ਹੁੰਦੀ ਹੈ, ਤੁਹਾਨੂੰ ਕੋਰਟ ਵਿੱਚ ਅਪਲਾਈ ਕਰਨਾ ਪਏਗਾ ਡਿਵੋਰਸ ਦੇ ਵਾਸਤੇ। ਤੁਸੀਂ ਕਾਉਂਟੀ ਕੋਰਟ ਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ ਜਾਂ ਹਾਈ ਕੋਰਟ ਦੇ ਵਿੱਚ ਵੀ ਅਪਲਾਈ ਕਰ ਸਕਦੇ ਹੋ। ਕੋਰਟ ਦੇ ਵਿੱਚ ਅਪਲਾਈ ਕਰਨਾ ਪਏਗਾ, ਫਿਰ ਕੋਰਟ ਜਿਹੜੀ ਹੈ ਉਹ ਤੁਹਾਨੂੰ ਡਿਵੋਰਸ ਦੇਗੀ। ਤੁਹਾਨੂੰ ਬਾਰੇ ਐਪਲੀਕੇਸ਼ਨ ਕਰਨੀ ਪੈਣੀ, ਆਟੋਮੈਟਿਕਲੀ ਕੋਈ ਡਿਵੋਰਸ ਨਹੀਂ ਹੁੰਦੀ ਹੈ। ਕਾਲ ਦਾ ਸ਼ੁਕਰੀਆ, ਵਧਦੇ ਹਾਂ ਅਗਲੇ ਕਾਲਰ ਵੱਲ। ਜੀ ਜੀ, ਗੱਲ ਕਰੋ ਜੀ। ਜੀ ਤੁਸੀਂ ਗੱਲ ਕਰੋ ਜੀ। ਭਾਜੀ ਲਾਈਵ ਐਕਚੁਅਲੀ ਮੈਂ ਉਹਨਾਂ ਦੇ ਐਡਮਿਨਿਸਟ੍ਰੇਟਿਵ ਨਾਲ ਗੱਲ ਕਰਨੀ ਹੈ। ਵੀ ਵਰ ਵਾਚਿੰਗ। ਜੀ ਬਿਲਕੁਲ ਗੱਲ ਕਰੋ ਜੀ, ਤੁਸੀਂ ਆ ਨਹੀਂ ਰਹੇ ਹੋ, ਗੱਲ ਕਰੋ, ਤੁਹਾਡਾ ਨੰਬਰ ਆ ਗਿਆ। ਨਹੀਂ ਭਾਜੀ, ਮੈਂ ਉਹ ਮਲਿਕ ਨਾਲ ਵੀ ਗੱਲ ਕਰਨੀ ਜਸਟ ਰਿਗਾਰਡਿੰਗ ਕਿ ਉਹ ਲਾਈਵ ਆ ਰਿਹਾ ਸੀ ਮੋਗੇ ਤੋਂ ਤੇ ਉਹ ਨਹੀਂ ਆਉਂਦਾ ਪਿਆ ਮੈਂ। ਅੱਛਾ, ਤੁਸੀਂ ਫਿਰ ਮੇਰੇ ਖਿਆਲ ਵਿੱਚ ਹੋਲਡ ਰੱਖੋ, ਇਹ ਜਿਹੜਾ ਪ੍ਰੋਗਰਾਮ ਹੈ ਅਸੀਂ ਤਾਂ ਲਾਈਵ ਸ਼ੋਅ ਕਰ ਰਹੇ ਹਾਂ, ਤੁਹਾਨੂੰ ਸ਼ਾਇਦ ਦੂਸਰੇ ਨੰਬਰ 'ਤੇ ਫੋਨ ਕਰਨਾ ਪੈਣਾ ਹੈ, ਲੇਕਿਨ ਵੇਖੋ ਸ਼ਾਇਦ ਸਟੂਡੀਓ ਵਾਲੇ ਤੁਹਾਡੀ ਕਾਲ ਲੈ ਲੈਣ। ਵਧੀਆ, ਨੈਕਸਟ ਕਾਲਰ ਵੱਲ ਜੀ। ਜੀ ਕਾਲ ਕਰੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਵਕੀਲ ਸਾਹਿਬ, ਮੈਂ ਪੁੱਛਣਾ ਹੈ ਜਿੱਦਾਂ ਅਸੀਂ ਯੂਰਪ ਤੋਂ ਆਏ ਹਾਂ, ਠੀਕ ਹੈ, ਤੇ ਜਿਹੜੇ ਯੂਰਪ ਤੋਂ ਆਏ ਇਹ 5 ਸਾਲ ਹੋਏ ਨੂੰ ਹੋਣਗੇ, ਤੇ ਫੇਰ ਜਿੱਦਾਂ ਇੱਥੇ ਰਹਿ ਸਕਦੇ ਕਿ ਜਾਂ ਜੇ ਥੋੜਾ ਟਾਈਮ ਹੋਇਆ ਤਾਂ ਵੀ ਰਹਿ ਸਕਦੇ? ਜੀ ਜੀ, ਤੁਹਾਡੀ ਕਾਲ ਦਾ ਸ਼ੁਕਰੀਆ। ਨਹੀਂ, ਅਗਰ ਥੋੜਾ ਟਾਈਮ ਹੀ ਹੋਇਆ, ਅਗਰ ਕੋਈ ਬੰਦਾ ਆਏ 2 ਮਹੀਨੇ ਵੀ ਹੋ ਗਏ ਪਹਿਲੇ ਉਹ ਇੱਥੋਂ ਅਪਲਾਈ ਕਰਿਆ, ਤੇ ਇੱਥੇ 5 ਸਾਲ ਅਗਰ ਰਹਿ ਕੇ ਕੰਮ ਕਰਨ, ਫਿਰ ਉਹ ਪੱਕੇ ਸਟੇ ਦੇ ਵਾਸਤੇ ਐਪਲੀਕੇਸ਼ਨ ਕਰ ਸਕਦੇ ਨੇ। ਲੇਕਿਨ ਅਗਰ ਕੋਈ ਆਲਰੇਡੀ ਯੂਕੇ ਦੇ ਵਿੱਚੋਂ ਯੂਕੇ ਆਇਆ, ਯੂਰਪ ਚੋਂ ਯੂਕੇ ਆਇਆ, ਅਗਰ ਯੂਕੇ ਦੇ ਵਿੱਚ 5 ਸਾਲ ਕੰਮ ਕੀਤਾ, ਉਹ ਇਸ ਵੇਲੇ ਵੀ ਪੱਕੇ ਸਟੇ ਦੇ ਵਾਸਤੇ ਐਪਲੀਕੇਸ਼ਨ ਪਾ ਸਕਦਾ। ਲੇਕਿਨ ਉਹ ਲੋਕ ਜਿਹੜੇ ਇੱਕ ਵਾਰ ਰੈਜ਼ੀਡੈਂਟ ਪਰਮਿਟ ਲੈ ਲੈਣ, ਉਹਨਾਂ ਦੇ ਵਾਸਤੇ ਸ਼ੋਰ ਹੈ ਕਿ ਉਹਨਾਂ ਨੂੰ ਵਾਪਸ ਨਹੀਂ ਭੇਜਣਗੇ, ਬਲਕਿ ਉਹਨਾਂ ਨੂੰ ਲੌਂਗ ਅੱਗੇ ਚੱਲ ਕੇ ਇੱਥੇ ਰਹਿਣ ਦੀ ਪਰਮਿਸ਼ਨ ਮਿਲ ਜਾਏਗੀ। ਕਾਲ ਦਾ ਸ਼ੁਕਰੀਆ, ਵਧਿਆ। ਨੈਕਸਟ ਕਾਲਰ ਵੱਲ ਜੀ। ਜੀ ਗੱਲ ਕਰੋ ਜੀ। ਜੀ ਹੈਲੋ ਜੀ, ਤੁਸੀਂ ਗੱਲ ਕਰੋ ਜੀ। ਜੀ ਭਾਜੀ, ਮੈਂ ਇਟਲੀ ਤੋਂ ਬੋਲਦਾ। ਅੱਛਾ, ਜੀ ਤੁਸੀਂ ਗੱਲ ਕਰੋ ਜੀ। ਹਾਂਜੀ, ਤੁਹਾਡੇ ਕੋਲ ਪਾਸਪੋਰਟ ਕਿਹੜਾ, ਇਟਾਲੀਅਨ ਪਾਸਪੋਰਟ ਹੈ? ਜੀ ਤੁਹਾਡੀ ਕਾਲ ਦਾ ਸ਼ੁਕਰੀਆ। ਨਹੀਂ, ਤੁਸੀਂ ਯੂਕੇ ਨਹੀਂ ਆ ਸਕਦੇ ਹੋ। ਉਹ ਲੋਕ ਜਿਨ੍ਹਾਂ ਦੇ ਕੋਲ ਇਟਾਲੀਅਨ ਜਾਂ ਯੂਰਪੀਅਨ ਪਾਸਪੋਰਟ ਨੇ, ਉਹ ਅਗਰ ਯੂਕੇ ਆਣ, ਉਹ ਯੂਕੇ ਆ ਕੇ ਇੱਥੇ ਰਹਿ ਸਕਦੇ ਨੇ। ਲੇਕਿਨ ਤੁਹਾਡੇ ਕੋਲ ਅਗਰ ਰੈਜ਼ੀਡੈਂਟ ਪਰਮਿਟ ਤਾਂ ਉਸ ਤੋਂ ਤੁਹਾਨੂੰ ਯੂਕੇ ਆਉਣ ਦੀ ਜਾਂ ਕੰਮ ਕਰਨ ਦੀ ਪਰਮਿਸ਼ਨ ਨਹੀਂ ਹੋਏਗੀ। ਕਾਲ ਦਾ ਸ਼ੁਕਰੀਆ, ਵਧਿਆ। ਨੈਕਸਟ ਕਾਲਰ ਵਾਲ ਜੀ। ਹੈਲੋ ਜੀ। ਜੀ ਹਾਂਜੀ, ਐਕਚੁਅਲੀ ਨਾ ਸਾਡੀ ਹੀਅਰਿੰਗ ਹੋ ਗਈ ਲਾਸਟ ਵੀਕ, ਤਾਂ ਹੁਣ ਕਿੰਨਾ ਸੋਰੀ ਬੱਚਿਆਂ ਦੇ ਬੇਸ ਤੇ ਰਿਫਿਊਜ਼ ਹੋ ਗਿਆ ਸੀ, ਬਾਅਦ ਵਿੱਚ ਅਪੀਲ ਹੋ ਗਈ ਤੇ ਉਹ ਜਿੱਤ ਲਈ ਅਸੀਂ। ਜਿੱਦਾਂ ਉਹਨਾਂ ਨੇ ਸਾਨੂੰ ਅਲਾਓ ਕਰਤੀ ਅਪੀਲ, 1 ਵੀਕ ਹੋ ਗਿਆ, ਤਾਂ ਹੁਣ ਕਿੰਨਾ ਕੁ ਟਾਈਮ ਜਿੱਦਾਂ ਲੱਗ ਜਾਂਦਾ ਬੀਬੀ ਜਾਣ ਚ? ਥੈਂਕ ਯੂ ਜੀ। ਜੀ ਤੁਹਾਡੀ ਕਾਲ ਦਾ ਸ਼ੁਕਰੀਆ। ਅਗਰ ਤੁਹਾਡੀ ਅਪੀਲ ਜੱਜ ਕੋਰਟ ਦੇ ਵਿੱਚ ਅਲਾਓ ਕਰ ਦਿੱਤੀ, ਬਾਅਦ ਕਿਉਂ ਤਾਂ ਕੋਰਟ ਦੇ ਵਿੱਚ ਵੀ ਅਲਾਓ ਕਰ ਦਿੰਦੇ ਨੇ, ਤੁਹਾਨੂੰ ਡਿਸੀਜਨ ਜਿਹੜਾ ਉਹ ਕੋਈ 2-4 ਵੀਕ ਦੇ ਜਾਂ 5 ਵੀਕ ਦੇ ਅੰਦਰ ਆ ਜਾਏਗਾ। ਇਹ ਹੁਣ ਜੱਜ ਤੱਕ ਉਹ ਤੁਹਾਡਾ ਕਦੋਂ ਫੈਸਲਾ ਲਿਖੇਗਾ, ਉਸ ਤੋਂ ਬਾਅਦ ਤੁਹਾਡੇ ਉਸ ਦੀ ਕਾਪੀ ਭੇਜੇਗਾ। ਆਮ ਤੌਰ ਪਰ 3-4 ਵੀਕਾਂ ਦੇ ਵਿੱਚ ਤੁਹਾਨੂੰ ਡਿਸੀਜਨ ਆ ਜਾਂਦਾ। ਲੇਕਿਨ ਜਦੋਂ ਡਿਸੀਜਨ ਆ ਜਾਏਗਾ, ਉਸ ਤੋਂ ਬਾਅਦ ਹਮਾਸਲ ਅਗਰ ਚਾਹੁਣ ਇਸ ਫੈਸਲੇ ਦੇ ਖਿਲਾਫ ਅੱਗੇ ਅਪੀਲ ਕਰ ਸਕਦੇ ਨੇ। ਲੇਕਿਨ ਤੁਸੀਂ ਜਸਟ ਵੇਟ ਕਰੋ, ਜਦੋਂ ਡਿਸੀਜਨ ਆ ਜਾਏ ਉਸ ਤੋਂ ਬਾਅਦ ਵੇਟ ਕਰੋ ਕਿ ਹਮਾਸਲ ਅੱਗੇ ਅਪੀਲ ਕਰਦੇ ਨੇ ਕਿ ਨਹੀਂ ਕਰਦੇ ਨੇ, ਫਿਰ ਤੁਹਾਨੂੰ ਪਤਾ ਚੱਲੇਗਾ। ਕਾਲ ਦਾ ਸ਼ੁਕਰੀਆ, ਵਧਿਆ। ਨੈਕਸਟ ਕਾਲਰ ਵੱਲ ਜੀ। ਹੈਲੋ ਜੀ। ਹਾਂਜੀ ਜੀ, ਹਾਂਜੀ, ਆਪਣਾ ਸਰੋਤੇ ਬੋਲਦਾ ਜੀ, ਮੈਂ ਕੁਲਦੀਪ ਸਿੰਘ। ਜੀ ਤੁਸੀਂ ਗੱਲ ਕਰੋ ਜੀ। ਹਾਂਜੀ ਸਰ, ਮੇਰੇ ਲੜਕੇ ਦਾ ਜੀ 15 ਸਾਲ ਹੋ ਗਏ ਜੀ। ਅੱਛਾ, ਕੇਸ ਤੁਹਾਡੇ ਕੋਲ ਹੀ ਹੈ, ਜਿਹੜੇ ਆਪਣੇ ਤੁਹਾਡੇ ਬੇਟੇ ਨੇ। ਅੱਛਾ, ਸਾਊਥ ਹਾਲ ਹੈ ਜੀ। ਠੀਕ ਹੈ। ਹਾਂਜੀ, ਤੇ ਉਹ
ਪਿਛਲੇ ਰਿਵੀਜੀਅਸ ਸਮੈਸਟਰ ਨੇ ਕੋਈ ਗਲਤੀ ਕੀਤੀ ਜਦੋਂ ਕਿ ਐਮਨੈਸਟੀ ਨਿਕਲੀ ਸੀ, ਉਸਨੇ ਫੀਸ ਵੀ ਲਈ, ਸਾਰਾ ਕੁਛ ਅਪਲਾਈ ਕੀਤਾ, ਹਾਂਜੀ, ਤੇ ਹੁਣ ਆਪਣਾ ਵੇਟ ਕਰਨੀ ਹੈ ਜੀ ਕਿੱਦਾਂ? ਜੀ ਤੁਹਾਡੀ ਕਾਲ ਦਾ ਸ਼ੁਕਰੀਆ। ਅਸਲ ਵਿੱਚ ਉਹ ਲੋਕ ਜਿਹਨੇ 2006 ਤੋਂ ਪਹਿਲੇ ਕੋਈ ਕੇਸ ਅਪਲਾਈ ਕੀਤਾ ਸੀ, 2006 ਦੇ ਵਿੱਚ ਇੱਕ ਐਮਨੈਸਟੀ ਨਿਕਲ ਆਈ ਸੀ ਜਿਸ ਦੇ ਵਿੱਚ ਉਹਨੇ ਸਾਰੇ ਲੋਕਾਂ ਨੂੰ ਸਟੇ ਮਿਲ ਗਿਆ ਸੀ ਜਿਨ੍ਹਾਂ ਦੀਆਂ ਐਪਲੀਕੇਸ਼ਨਾਂ ਪੈਂਡਿੰਗ ਸਨ। ਉਹ ਜਿਹੜੀ ਸਕੀਮ ਹੈ ਸੀ ਉਹ ਤਕਰੀਬਨ 2006 ਤੋਂ ਲੈ ਕੇ 2009 ਤੱਕ ਰਹੀ ਹੈ। ਉਹਨੇ ਤਿੰਨ ਸਾਲਾਂ ਦੇ ਦੌਰਾਨ ਜਿਸ ਵੀ ਕਿਸੇ ਐਪਲੀਕੇਸ਼ਨ ਕੀਤੀ ਉਹਨਾਂ ਨੂੰ ਸਟੇ ਲੱਭ ਗਿਆ, ਲੇਕਿਨ 2009 ਦੇ ਵਿੱਚ ਉਹਨੇ ਦਫ਼ਤਰ ਬੰਦ ਕਰ ਦਿੱਤੇ। ਉਸ ਤੋਂ ਬਾਅਦ ਅਗਰ ਕੋਈ ਬੇਸਿਕਲੀ ਐਪਲੀਕੇਸ਼ਨ ਕਰੇ ਉਸ ਦੇ ਵਿੱਚ ਕਾਫ਼ੀ ਮੁਸ਼ਕਿਲ ਹੋ ਜਾਂਦਾ ਕਿ ਉਹਨੂੰ ਸਟੇ ਮਿਲਿਆ, ਲੇਕਿਨ ਮਿਲ ਵੀ ਜਾਂਦਾ ਤਾਂ ਬਰ ਲੱਗ ਤੁਹਾਡਾ ਕੇਸ ਚੱਲ ਰਿਹਾ ਤਾਂ ਤੁਸੀਂ ਜਸ ਵੇਟ ਕਰੋ, ਲੇਕਿਨ ਅਗਰ ਚਾਹੋ ਤਾਂ ਆਫਿਸ ਨੂੰ ਕੰਟੈਕਟ ਕਰਵਾ ਕੇ ਆਪਣਾ ਰਿਮਾਈਂਡਰ ਵੀ ਭਿਜਵਾ ਸਕਦੇ ਹੋ। ਤੁਹਾਨੂੰ ਤੁਹਾਡੀ ਗੱਲ ਦਾ ਸ਼ੁਕਰੀਆ। ਵਧੀਆ ਨੈਕਸਟ ਕਾਲਰ ਵਾਲ ਜੀ, ਜੀ ਤੁਸੀਂ ਗੱਲ ਕਰੋ ਜੀ। ਹੈਲੋ, ਸਤਿ ਸ਼੍ਰੀ ਅਕਾਲ ਮਲਿਕ ਜੀ। ਸਤਿ ਸ਼੍ਰੀ ਅਕਾਲ ਯਾਰ, ਮੈਂ ਪੁੱਛ ਰਿਹਾ ਸੀ ਜਦੋਂ 7 ਜੇਰ ਦੇ ਬੇਸ ਤੇ ਜਿੱਦਾਂ ਬੱਚਾ ਦੇ ਬੇਸ ਤੇ ਕੇਸ ਲਾਇਆ ਆ, ਠੀਕ ਹੈ, ਤੇ ਜਿੱਦਾਂ ਸਾਡੇ ਫਿੰਗਰਪ੍ਰਿੰਟ ਹੋਇਆ ਨੂੰ ਜਦੋਂ ਸਪਟੰਬਰ ਮਹੀਨੇ ਦੇ ਹੋਏ ਆ, ਤੇ ਕਿੰਨਾ ਕੁ ਟਾਈਮ ਲੈਂਦੇ ਆ ਜਵਾਬ ਦੇਣ ਲਈ? ਐਪਲੀਕੇਸ਼ਨ ਕਦੋਂ ਕੀਤੀ ਸੀ? ਮਾਰਚ ਚ। ਠੀਕ ਹੈ ਜੀ, ਤੁਹਾਡੀ ਕਾਲ ਦਾ ਸ਼ੁਕਰੀਆ। ਐਨੀ ਟਾਈਮ ਹੁਣ ਇਸ ਦਾ ਡਿਸੀਜਨ ਆ ਜਾਣਾ ਚਾਹੀਦਾ, ਕਿਉਂਕਿ ਜਦੋਂ ਬਾਇਓਮੈਟ੍ਰਿਕਸ ਹੋ ਜਾਣ ਉਸ ਤੋਂ ਬਾਅਦ ਐਨੀ ਟਾਈਮ ਫੈਸਲਾ ਆ ਜਾਣਾ ਚਾਹੀਦਾ। ਅਗਰ ਮਾਰਚ 'ਚ ਐਪਲੀਕੇਸ਼ਨ ਕੀਤੀ ਸੀ ਇਸ ਦਾ ਮਤਲਬ ਹੈ ਕਿ ਤੁਹਾਡਾ ਨੰਬਰ ਹੁਣ ਐਨੀ ਟਾਈਮ ਆਉਣੇ ਵਾਲਾ ਹੋ ਸਕਦਾ ਕਿ ਨੈਕਸਟ ਫਿਊ ਵੀਕ ਦੇ ਵਿੱਚ ਤੁਹਾਡੇ ਕੇਸ ਦਾ ਫੈਸਲਾ ਕਰ ਜਾਣ। ਜਸ ਤੁਸੀਂ ਵੇਟ ਕਰੋ। ਕਾਲ ਦਾ ਸ਼ੁਕਰੀਆ। ਵਧਦੇ ਹਾਂ ਨੈਕਸਟ ਕਾਲਰ ਵੱਲ ਜੀ। ਜੀ ਤੁਸੀਂ ਗੱਲ ਕਰੋ ਜੀ। ਹਾਂਜੀ, ਗੱਲ ਕਰਨੀ ਜੀ। ਹੈਲੋ ਜੀ, ਜੀ ਤੁਸੀਂ ਗੱਲ ਕਰੋ ਜੀ। ਓ ਯੇ, ਹੈਲੋ ਜੀ। ਹਾਂਜੀ, ਐਕਚੁਲੀ ਮੈਂ ਪਹਿਲਾਂ ਫੋਨ ਕੀਤਾ ਸੀ ਅਪੀਲ, ਅਸੀਂ ਜੈਕ ਲਈ ਅਪੀਲ ਆ ਵੀ ਜਿੱਦਾਂ ਸਾਡੀ ਬੱਚਿਆਂ ਦੇ ਵਿੱਚ ਬੱਚੇ 8 ਸਾਲ ਦੇ ਆ, ਅਸੀਂ ਜੈਕ ਲਈ ਉਹਨਾਂ ਸਾਡੇ ਫੇਵਰ ਵਿੱਚ ਅਪੀਲ ਕਰ ਲਈ। ਪੁੱਛਣਾ ਸੀ ਹੋਮ ਆਫਿਸ ਵਾਲੇ 8 ਸਾਲ ਤੋਂ ਬਾਅਦ ਵੀ ਡਿਸੀਜਨ ਆਪਣਾ ਚੇਂਜ ਕਰ ਸਕਦੇ ਆ? ਥੈਂਕ ਯੂ ਜੀ। ਜੀ ਤੁਹਾਡੀ ਕਾਲ ਦਾ ਸ਼ੁਕਰੀਆ। ਨਹੀਂ, ਉਹ ਡਿਸੀਜਨ ਨਹੀਂ ਚੇਂਜ ਕਰ ਸਕਦੇ ਨੇ, ਲੇਕਿਨ ਹੁਣ ਇਹ ਹੋਏਗਾ ਕਿ ਤੁਹਾਡੇ ਹੱਕ ਜੱਜ ਫੈਸਲਾ ਕੀਤਾ, ਇਮੀਗ੍ਰੇਸ਼ਨ ਨਾਲ ਤੁਹਾਨੂੰ ਨਾ ਕਰ ਦਿੱਤਾ ਸੀ, ਤੁਸੀਂ ਜੱਜ ਕੋਲ ਗਏ ਹੋ ਜਿਹੜਾ ਕਿ ਇਮੀਗ੍ਰੇਸ਼ਨ ਤੋਂ ਉੱਤੇ ਹੈ, ਉਸ ਤੁਹਾਡੇ ਹੱਕ 'ਚ ਫੈਸਲਾ ਕਰ ਦਿੱਤਾ। ਹੁਣ ਹੋਮ ਆਫਿਸ ਦੇ ਕੋਲ ਦੋ ਆਪਸ਼ਨ ਨੇ, ਜਾਂ ਤਾਂ ਉਹ ਫੈਸਲਾ ਮੰਨ ਲੈਣਗੇ ਤਾਂ ਤੁਹਾਨੂੰ ਸਟੇ ਲਾ ਕੇ ਦੇ ਦੇਣਗੇ, ਜਾਂ ਉਹ ਇਹ ਕਹਿ ਸਕਦੇ ਨੇ ਕਿ ਜੀ ਜੱਜ ਗਲਤ ਫੈਸਲਾ ਕੀਤਾ, ਇਸ ਨੂੰ ਅੱਗੇ ਇੱਕ ਹੋਰ ਅਪੀਲ ਦੇ ਵਿੱਚ ਲੈ ਜਾ ਸਕਦੇ ਹਾਂ। ਹੋਮ ਆਫਿਸ ਲਈ ਅੱਗੇ ਵੀ ਅਪੀਲ ਕਰ ਸਕਦੇ ਨੇ। ਤੋ ਤੁਹਾਡਾ ਜਦੋਂ ਡਿਸੀਜਨ ਆ ਜਾਏ ਉਸ ਤੋਂ ਬਾਅਦ ਤੁਸੀਂ ਵੇਟ ਕਰੋ, ਵੇਖੋ ਕਿ ਜੱਜ ਦੇ ਇਮੀਗ੍ਰੇਸ਼ਨ ਵਾਲੇ ਤੁਹਾਨੂੰ ਸਟੇ ਦਿੰਦੇ ਨੇ ਜਾਂ ਕਿ ਤੁਹਾਡੇ ਖਿਲਾਫ਼ ਅੱਗੇ ਅਪੀਲ ਕਰਦੇ ਨੇ। ਤੁਸੀਂ ਤੁਹਾਨੂੰ ਨੈਕਸਟ ਫਿਊ ਵੀਕ ਦੇ ਵਿੱਚ ਪਤਾ ਚੱਲ ਜਾਊਗਾ। ਕਾਲ ਦਾ ਸ਼ੁਕਰੀਆ। ਵਧਦੇ ਹਾਂ ਅਗਲੇ ਕਾਲਰ ਵੱਲ ਜੀ। ਹੈਲੋ, ਹਾਂਜੀ ਸਰ, ਮੈਂ ਮਲਿਕ ਸਾਹਿਬ ਨਾਲ ਗੱਲ ਕਰਨੀ ਚਾਹੁੰਦਾ ਜੀ। ਜੀ ਬਿਲਕੁਲ, ਤੁਸੀਂ ਆਉਂਦੇ ਰਹੇ ਹੋ, ਗੱਲ ਕਰੋ ਜੀ। ਓਕੇ ਸਰ, ਮੈਂ ਮੇਰਾ ਬੇਟਾ ਇੱਥੇ 5 ਸਾਲ ਦਾ ਹੋ ਗਿਆ ਆ। ਅੱਛਾ, ਤੇ ਮੈਂ ਉਹਦਾ ਇੰਡੀਅਨ ਪਾਸਪੋਰਟ ਨਾਲ ਰਜਿਸਟਰਡ ਕਰਾਇਆ ਸੀਗਾ ਤੇ ਨਾਲ ਮੈਂ ਅਪਲਾਈ ਕੀਤਾ ਆ, ਤੇ ਕੀ ਮੈਂ ਉਹਨਾਂ ਮਤਲਬ ਨੈਸ਼ਨੈਲਿਟੀ ਵਾਸਤੇ ਉਹਦੀ ਅਪਲਾਈ ਕਰ ਸਕਦਾ ਇੱਥੇ? ਤੁਹਾਡੇ ਆਪਣੀ ਕੋਲ ਕਿਹੜੀ ਨੈਸ਼ਨੈਲਿਟੀ ਹੈ ਤੁਹਾਡੇ ਕੋਲ? ਮੇਰੇ ਤੋਂ ਇੰਡੀਅਨ ਹੈ ਜੀ। ਤੁਹਾਡੇ ਕੋਲ ਪੱਕਾ ਸਟੇ ਹੈ? ਨਹੀਂ, ਇਸ ਟਾਈਮ ਤਾਂ ਨਹੀਂਗਾ ਜੀ। ਜੀ ਤੁਹਾਡੀ ਕਾਲ ਦਾ ਸ਼ੁਕਰੀਆ। ਨਹੀਂ, ਫਿਰ ਤੁਸੀਂ ਬੱਚੇ ਦੀ ਨੈਸ਼ਨੈਲਿਟੀ ਨਹੀਂ ਐਪਲੀਕੇਸ਼ਨ ਕਰ ਸਕਦੇ ਹੋ। ਨੈਸ਼ਨੈਲਿਟੀ ਤੁਸੀਂ ਤਾਂ ਅਪਲਾਈ ਕਰ ਸਕਦੇ ਹੋ ਕਿ ਜਦੋਂ ਜਾਂ ਤਾਂ ਤੁਹਾਡੇ ਕੋਲ ਬ੍ਰਿਟਿਸ਼ ਨੈਸ਼ਨੈਲਿਟੀ ਹੋਇਆ ਜਾਂ ਤੁਹਾਡੇ ਕੋਲ ਪਰਮਨੈਂਟ ਸਟੇ ਹੈ। ਅਗਰ ਤੁਹਾਡੇ ਕੋਲ ਪੱਕਾ ਸਟੇ ਵੀ ਨਹੀਂ ਹੈ, ਤੁਹਾਡੇ ਕੋਲ ਨੈਸ਼ਨੈਲਿਟੀ ਵੀ ਨਹੀਂ ਹੈ, ਫਿਰ ਬੱਚਾ ਨੈਸ਼ਨੈਲਿਟੀ ਐਪਲੀਕੇਸ਼ਨ ਨਹੀਂ ਪਾ ਸਕਦਾ। ਤਾਂ ਤੁਸੀਂ ਕਿਸੇ ਵਕੀਲ ਨੂੰ ਮਿਲ ਕੇ ਉਹਨੇ ਤੋਂ ਐਡਵਾਈਸ ਲੈ ਰਹੇ ਹੋ ਕਿ ਤੁਸੀਂ ਬੱਚੇ ਦਾ ਅੱਗੇ ਕੀ ਕਰ ਸਕਦੇ ਹੋ। ਕਾਲ ਦਾ ਸ਼ੁਕਰੀਆ। ਵਧਦੇ ਹਾਂ ਨੈਕਸਟ ਕਾਲਰ ਵੱਲ ਜੀ। ਹੈਲੋ ਜੀ, ਮੈਂ ਆਪਣੇ ਹਸਬੈਂਡ ਦੀ ਪਰਮਿਟ ਪਾਉਣੀ ਆ, ਪਾਉਣੀ ਤਾਂ ਮੁੰਡੇ ਵੱਲੋਂ ਆ, ਮੈਂ ਤਾਂ ਬਹੁਤ ਚਿਰਾਂ ਦੀ ਇੱਥੇ ਰਹਿੰਦੀ ਆ। ਠੀਕ ਹੈ, ਤੇ ਤਾਂ ਅੱਗੇ 2 ਸਾਲ ਹੋ ਗਿਆ, 2 ਸਾਲਾਂ ਤੋਂ ਪਹਿਲਾਂ ਪਾਈ ਸੀਗੀ, ਉਦੋਂ ਉਹਨੇ ਉਦੋਂ ਜਵਾਬ ਦਿੱਤਾ ਸੀ, ਉਦਾਂ 2 ਵਾਰੀ ਅੱਗੇ ਫਿਰ ਵੀ ਗਏ ਉਹ ਇੱਥੇ। ਠੀਕ ਹੈ, ਹਾਂਜੀ, ਤਾਂ ਫੇਰ ਕੋਈ ਹੋਰ ਵੀ ਪੇਪਰ ਪੂਪਰ ਨਾਲ ਅਸੀਂ ਲਾ ਸਕਦੇ ਹਾਂ ਇੱਥੋਂ? ਤੁਹਾਡੇ ਹਸਬੈਂਡ ਦੀ ਏਜ ਕਿਤਨੀ ਹੈ? ਏਜ ਉਹ 69 ਵਾ। ਯੂਕੇ ਦੇ ਵਿੱਚ ਕਦੇ ਨਹੀਂ ਆਏ ਪਹਿਲੇ? ਪਹਿਲੇ 2 ਵਾਰੀ ਫਿਰ ਗਏ ਆ ਇੱਥੇ, ਤਾਂ 2 ਸਾਲ ਦਾ ਕੈਨੇਡਾ ਦਾ ਵੀਜ਼ਾ ਵੀ ਲੱਗਾ ਸੀ, ਹੁਣ ਕੈਨੇਡਾ ਚੋਂ ਵਾਪਸ ਮੁੜ ਕੇ ਆਏ ਆ। ਠੀਕ ਹੈ ਜੀ, ਤੁਹਾਡੀ ਕੱਲ ਦੱਸੋ ਕਿ ਹਾਂ, ਅਗਰ ਤੁਹਾਡੇ ਤੁਸੀਂ ਖੁਦ ਤਾਂ ਨਹੀਂ ਜਾ ਰਹੇ ਐਪਲੀਕੇਸ਼ਨ ਪਾ ਸਕਦੇ ਹੋ ਕਿਉਂਕਿ ਤੁਸੀਂ ਕੰਮ ਨਹੀਂ ਕਰ ਰਹੇ ਉਹਨੇ ਤਾਂ, ਲੇਕਿਨ ਅਗਰ ਤੁਹਾਡਾ ਇੱਥੇ ਬੇਟਾ ਹੈ ਜਿਹੜਾ ਕਿ ਇੱਥੇ ਕੰਮ ਕਰ ਰਿਹਾ, ਉਹ ਅਗਰ ਉਹਨਾਂ ਨੂੰ ਰਾਹਦਾਰੀ ਪਾ ਕੇ ਬੁਲਾਉਣਾ ਚਾਹੇ ਉਹ ਉਹਨਾਂ ਨੂੰ ਸਪਾਂਸਰ ਕਰ ਸਕਦਾ ਹੈ। ਅਗਰ ਤੋ ਕੈਨੇਡਾ ਵਿੱਚ ਰਹਿ ਰਹੇ ਨੇ ਫਿਰ ਤੁਸੀਂ ਕੈਨੇਡਾ ਤੋਂ ਵੀਜ਼ਾ ਅਪਲਾਈ ਕਰ ਸਕਦੇ ਹੋ, ਲੇਕਿਨ ਅਗਰ ਇੰਡੀਆ 'ਚ ਰਹਿ ਰਹੇ ਨੇ ਫਿਰ ਤੁਸੀਂ ਇੰਡੀਆ ਤੋਂ ਅਪਲਾਈ ਕਰਨਾ ਪੈਂਦਾ, ਕਰਨਾ ਪਏਗਾ। ਕੱਲ ਦਾ ਸ਼ੁਕਰੀਆ। ਵਧਦੇ ਹਾਂ ਨੈਕਸਟ ਕਾਲਰ ਵੱਲ ਜੀ। ਜੀ ਤੁਸੀਂ ਗੱਲ ਕਰੋ ਜੀ। ਹੈਲੋ ਜੀ। ਜੀ ਮਲਿਕ ਸਾਹਿਬ ਜੀ, ਮੈਂ ਨਾ ਅੱਜ ਤੋਂ 6-7 ਪਹਿਲਾਂ ਸਟੇ ਹੋਈ ਸੀ। ਠੀਕ ਹੈ, ਮੈਂ ਤੁਹਾਨੂੰ ਕੇਸ ਉਮੀਦ ਦੇ ਕੇ ਆਈ ਹਾਂ, ਤੇ ਕੀ ਹੁਣ ਮੇਰੇ ਕੋਲ ਫੇਰ ਲੱਗ ਚੁੱਕੇ ਮੰਗਣਗੇ ਤੁਹਾਡੇ ਕੋਲੋਂ ਲਾਈਵ ਯੂਕੇ?
ਅਪਲਾਈ ਤੋਂ 6 ਸਾਲ ਪਹਿਲੇ ਹੁਣ ਤੁਸੀਂ ਨੈਸ਼ਨਲਿਟੀ ਅਪਲਾਈ ਕਰਨਾ ਚਾਹੁੰਦੇ ਹੋ ਨਹੀਂ ਨਹੀਂ ਅਜੇ ਡੈਫੀਨਿਟ ਨਹੀਂ ਮਿਲੀ ਤੁਹਾਨੂੰ ਇੰਡੀਆ ਫਸਟ ਨਹੀਂ ਮਿਲੀ ਅੱਛਾ ਠੀਕ ਹੈ ਜੀ ਤੁਹਾਡੀ ਕਾਲ ਦਾ ਸ਼ੁਕਰੀਆ ਨਹੀਂ ਤੁਹਾਨੂੰ ਲੋੜ ਨਹੀਂ ਪੈਂਦੀ ਹੈ ਕਿਉਂਕਿ ਮੈਂ ਲੱਗਦਾ ਹੈ ਕਿ ਤੁਸੀਂ ਡਿਸਕਸ਼ਨ ਲੀਵ ਤੇ ਸੇ ਹੋ ਉਹ ਲੋਕ ਜਿਹੜੇ 6 ਸਾਲ ਡਿਸਕਸ਼ਨ ਲੀਵ ਤੇ ਪੂਰੇ ਕਰਨ ਉਹ ਪੱਕੇ ਸਟੇ ਦੇ ਵਾਸਤੇ ਐਪਲੀਕੇਸ਼ਨ ਪਾ ਸਕਦੇ ਨੇ ਉਹਨਾਂ ਨੂੰ ਲਾਈਫ ਨਿਊ ਕੇ ਟੈਸਟ ਇੰਗਲਿਸ਼ ਟੈਸਟ ਦੀ ਲੋੜ ਨਹੀਂ ਪਏਗੀ ਲੇਕਿਨ ਜਦੋਂ ਤੁਹਾਡਾ ਸਟੇ ਮਿਲ ਗਿਆ ਉਸ ਤੋਂ ਬਾਅਦ ਅਗਰ ਨੈਸ਼ਨਲਿਟੀ ਅਪਲਾਈ ਕਰੋਗੇ 1 ਸਾਲ ਦੇ ਬਾਅਦ ਫਿਰ ਤੁਹਾਨੂੰ ਲੋੜ ਪਏਗੀ ਲੇਕਿਨ ਇਸ ਵੇਲੇ ਤੁਹਾਨੂੰ ਲੋੜ ਨਹੀਂ ਪੈਂਦੀ ਹੈ ਕਾਲ ਦਾ ਸ਼ੁਕਰੀਆ ਵਧਿਆ ਨੈਕਸਟ ਕਾਲਰ ਵਾਲ ਜੀ ਸਤਿ ਸ਼੍ਰੀ ਅਕਾਲ ਮਲਿਕ ਜੀ ਸਤਿ ਸ਼੍ਰੀ ਅਕਾਲ ਮਲਿਕ ਜੀ ਮੇਰਾ ਛੋਟਾ ਸਵਾਲ ਹੈ ਕਿ ਮੈਂ ਡਿਰੋਟਿਵ ਰੂਲ ਤੇ ਅਪਲਾਈ ਕੀਤਾ ਹੋਇਆ ਮੇਰੇ ਚਾਚੇ ਦੇ ਕੇਅਰਿੰਗ ਦੇ ਬੇਸ ਤੇ ਆ ਠੀਕ ਹੈ ਤੇ ਮੇਰੇ ਨਾਲ ਫਿਰ ਮੈਂ ਉਹਨੂੰ ਵਾਈ ਫਾਈ ਸੀ ਇੰਡੀਆ ਤੋਂ ਉਹਨੂੰ ਵੀ ਜੁਆਇੰਟ ਕਰਾਤੀ ਐਪਲੀਕੇਸ਼ਨ ਤੇ ਮੈਨੂੰ ਨਾ ਮੇਰੇ ਉਹ ਬਾਇਓਮੈਟ੍ਰਿਕ ਆ ਗਿਆ ਲੇਕਿਨ ਮੈਨੂੰ ਵਰਕ ਰਾਈਟ ਨਹੀਂ ਮਿਲੇ ਕੀ ਮੈਂ ਉਹਦੇ ਲਈ ਅਪੀਲ ਕਰ ਸਕਦਾ ਜੀ ਤੁਹਾਡੀ ਕਾਲ ਦਾ ਸ਼ੁਕਰੀਆ ਤੁਸੀਂ ਅਪੀਲ ਤਾਂ ਨਹੀਂ ਕਰ ਸਕਦੇ ਉਸੇ ਖਿਲਾਫ਼ ਹੋਮ ਆਫਿਸ ਦੀ ਮਰਜ਼ੀ ਹੈ ਕਿ ਤੁਹਾਨੂੰ ਪਰਮਿਸ਼ਨ ਦੇਣ ਨੇ ਜਾਂ ਨਹੀਂ ਦਿੰਦੇ ਨੇ ਤੇ ਪਰ ਉਸ ਖਿਲਾਫ਼ ਅਪੀਲ ਨਹੀਂ ਕਰ ਸਕਦੇ ਲੇਕਿਨ ਅਗਰ ਉਸਨੂੰ ਚਾਹੋ ਤਾਂ ਹਾਈਕੋਰਟ ਦੇ ਵੀ ਚੈਲੇਂਜ ਕਰ ਸਕਦੇ ਹੋ ਜਿਹੜਾ ਕਾਫ਼ੀ ਮਹਿੰਗਾ ਰੂਟ ਹੈ ਹਾਈਕੋਰਟ ਦੇ ਵਿੱਚ ਉਸਨੂੰ ਚੈਲੇਂਜ ਕਰ ਸਕਦੇ ਹੋ ਤੁਹਾਡੀ ਕਾਲ ਦਾ ਸ਼ੁਕਰੀਆ ਵਧਿਆ ਨੈਕਸਟ ਕਾਲਰ ਵਾਲ ਜੀ ਜੀ ਤੁਸੀਂ ਗੱਲ ਕਰੋ ਜੀ ਹਾਂਜੀ ਜੀ ਤੁਸੀਂ ਆਨ ਏਅਰ ਮਾਲਕ ਵਕੀਲ ਬੋਲਦੇ ਜੀ ਜੀ ਹਾਂ ਬਿਲਕੁਲ ਤੁਸੀਂ ਆਨ ਏਅਰ ਗੱਲ ਕਰੋ ਹਾਂਜੀ ਹਾਂਜੀ ਅਸੀਂ ਨਾ ਮੇਰੀ ਸਿਸਟਰ ਆ ਜਿੱਦਾਂ ਉਹ 267 ਉਹਨੇ ਆਪਣੇ ਹਸਬੈਂਡ ਨੂੰ ਅੱਗੇ ਅਪਲਾਈ ਕੀਤਾ ਸੀ 76 ਵਾਸਤੇ ਠੀਕ ਹੈ ਉਹਨਾਂ ਨੇ ਜਿੱਦਾਂ ਨਹੀਂ ਆਨ ਦਿੱਤਾ ਤੇ ਹੁਣ ਤੁਸੀਂ ਤੁਹਾਡੇ ਹਿਊਮਨ ਰਾਈਟ ਤੋਂ ਬੁਲਾ ਸਕਦੇ ਕਿ ਨਹੀਂ ਉਹਨਾਂ ਨੂੰ ਉਹਨਾਂ ਨੂੰ ਜਦੋਂ ਪਹਿਲੇ ਨਾ ਨਾ ਕੀਤਾ ਹੈ ਉਹਨੇ ਕੋ ਅਪੀਲ ਕੀਤੀ ਸੀ ਜਾਂ ਨਹੀਂ ਕੀਤੀ ਸੀ ਅਪੀਲ ਕੀਤੀ ਸੀ ਅਪੀਲ ਫੇਰ ਕਰ ਦਿੱਤੀ ਉਹ ਕਹਿੰਦੇ ਉਹ 65 ਹੋ ਗਿਆ ਇੱਥੇ ਆ ਕੇ ਸਾਡੇ ਉੱਤੇ ਉਹਨੇ ਡਿਪੈਂਡ ਹੋਇਆ ਆ ਅਸੀਂ ਖਰਚਾ ਸਾਨੂੰ ਜਿਹੜਾ ਪੈਣਾ ਉਹ ਜੀ ਤੁਹਾਡੀ ਕਾਲ ਦਾ ਸ਼ੁਕਰੀਆ ਹਿਊਮਨ ਰਾਈਟਸ ਦਾ ਜਿਹੜਾ ਕਾਨੂੰਨ ਹੈ ਉਹ ਅਲੱਗ ਹੈ ਇਮੀਗ੍ਰੇਸ਼ਨ ਕਾਨੂੰਨ ਅਲੱਗ ਨੇ ਲੇਕਿਨ ਇਮੀਗ੍ਰੇਸ਼ਨ ਰੂਲ ਦੇ ਵਿੱਚ ਵੀ ਬਾਜ਼ੂਕਤ ਲੋਕਾਂ ਨੂੰ ਆਉਣ ਦੀ ਪਰਮਿਸ਼ਨ ਮਿਲ ਜਾਂਦੀ ਹੈ ਤਾਂ ਤੁਸੀਂ ਕਿਸੇ ਵਕੀਲ ਨੂੰ ਜਾ ਕੇ ਜਿਹੜਾ ਰਿਫਿਊਜ਼ਲ ਲੈਟਰ ਹੈ ਉਹ ਜਾ ਕੇ ਦੱਸੋ ਨਾਲ ਜਿਹੜਾ ਅਪੀਲ ਦਾ ਫੈਸਲਾ ਹੋ ਸੀ ਉਹ ਦੱਸ ਕੇ ਕਿਸੇ ਵਕੀਲ ਤੋਂ ਸਲਾਹ ਲੈ ਲਓ ਕਿ ਤੁਸੀਂ ਹੁਣ ਕੀ ਕਰੋਗੇ ਤੁਹਾਡੀ ਕਾਲ ਦਾ ਸ਼ੁਕਰੀਆ ਇਸੇ ਦੇ ਨਾਲ ਵਿਹਲਾ ਹੋਇਆ ਇੱਕ ਬ੍ਰੇਕ ਦਾ ਤੁਸੀਂ ਟੀਵੀ ਵੇਖਦੇ ਰਹੋ ਬ੍ਰੇਕ ਤੇ ਉਸ ਬਾਅਦ ਤੁਹਾਨੂੰ ਫਿਰ ਮਿਲਦੇ ਹਾਂ بورو بورو دلم چورو چورو نمیخواد دیگه دیگه نمیخوام ببینم ادهای میں ہوں علی کلی مرزا ہست رہیے مسکراتے رہیے زندگی کے مزے اڑاتے رہیے اور مشکلوں سے پیچھا چھڑاتے رہیے لیکن مشکلیں اگر امیگریشن کی ہوں تو ملک لو چیمبر کو کانٹیکٹ کریں اور مشکلیں اڑن چھوں سو فور اینی امیگریشن پرابلم کانٹیکٹ ملک لو چیمبر سولیسیٹرز ناؤ ਸਿਲਸਿਲਾ ਉੱਥੋਂ ਸ਼ੁਰੂ ਕਰਦੇ ਹਾਂ ਜਿੱਥੇ ਬ੍ਰੇਕ ਤੋਂ ਪਹਿਲੇ ਖਤਮ ਹੋਇਆ ਸੀ ਵੇਖਦੇ ਹਾਂ ਸਾਡੇ ਨੈਕਸਟ ਕਾਲਰ ਕੌਣ ਨੇ ਜੀ ਮੈਨੂੰ ਲੱਗਦਾ ਕਿ ਇਹ ਕਾਲ ਡ੍ਰਾਪ ਹੋ ਗਈ ਹੈ ਵਧਿਆ ਨੈਕਸਟ ਕਾਲਰ ਵਾਲ ਜੀ ਜੀ ਤੁਸੀਂ ਗੱਲ ਕਰੋ ਜੀ ਮਲਿਕ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੇਰੇ ਕੋਲ ਸਵਾਲ ਇਹ ਹੈ ਕਿ ਅਸੀਂ ਯੂਰਪ ਤੋਂ ਆਏ ਹਾਂ ਠੀਕ ਹੈ ਯੂਰਪ ਤੋਂ ਇੱਥੇ ਜਿਹਨੂੰ 5 ਸਾਲ ਹੋ ਗਏ ਤੁਸੀਂ ਹੁਣੇ ਕਿਹਾ ਕਿ ਉਹ ਰੈਜੀਡੈਂਸੀ ਲੈ ਸਕਦਾ ਇੱਥੇ ਨਾ 5 ਸਾਲ ਬਾਅਦ ਜਿਹਨੇ 5 ਸਾਲ ਕੰਮ ਕੀਤਾ ਹਾਂਜੀ ਹਾਂਜੀ ਕੰਮ ਸਭ ਕੀਤਾ ਚਲੋ ਠੀਕ ਕਿ ਜੇ ਅਸੀਂ ਨੈਸ਼ਨਲਿਟੀ ਅਪਲਾਈ ਕਰਨੀ ਹੋਵੇ ਪਾਸਪੋਰਟ ਇੱਥੇ ਦਾ ਤੇ ਫਿਰ ਸਾਨੂੰ ਵੀ ਯੂਕੇ ਲੈਸ ਕਰਨਾ ਪਵੇਗਾ ਜੀ ਤੁਹਾਡੀ ਕਾਲ ਦਾ ਸ਼ੁਕਰੀਆ ਹਾਂ ਕੋਈ ਵੀ ਬੰਦਾ ਜਿਹੜਾ ਜਿਸਦੇ ਕੋਲ ਇੱਥੇ ਪੱਕਾ ਸਟੇ ਸਭ ਤੋਂ ਪਹਿਲੇ ਪੱਕਾ ਸਟੇ ਚਾਹੀਦਾ ਉਸ ਤੋਂ ਬਾਅਦ ਬ੍ਰਿਟਿਸ਼ ਨੈਸ਼ਨਲਿਟੀ ਚਾਹੀਦੀ ਹੈ ਕੋਈ ਵੀ ਬੰਦਾ ਜਿਹੜਾ ਬ੍ਰਿਟਿਸ਼ ਨੈਸ਼ਨਲਿਟੀ ਅਪਲਾਈ ਕਰਨਾ ਚਾਹੇਗਾ ਉਸ ਨੂੰ ਲਾਈਫ ਇਨ ਯੂਕੇ ਟੈਸਟ ਦੀ ਲੋੜ ਹੈ ਨਾਲ ਇੰਗਲਿਸ਼ ਟੈਸਟ ਦੀ ਲੋੜ ਹੈ ਅਗਰ ਕੋਈ ਬੰਦਾ 65 ਸਾਲ ਤੋਂ ਜ਼ਿਆਦਾ ਹੈ ਤਾਂ ਫਿਰ ਉਸਨੂੰ ਲੋੜ ਨਹੀਂ ਲੇਕਿਨ 65 ਸਾਲ ਤੋਂ ਘੱਟ ਕੋਈ ਵੀ ਬੰਦਾ ਅਗਰ ਬ੍ਰਿਟਿਸ਼ ਨੈਸ਼ਨਲਿਟੀ ਦੇ ਵਾਸਤੇ ਅਪਲਾਈ ਕਰੇਗਾ ਉਸ ਦੇ ਵਾਸਤੇ ਲਾਈਫ ਇਨ ਯੂਕੇ ਟੈਸਟ ਇੰਗਲਿਸ਼ ਟੈਸਟ ਜ਼ਰੂਰੀ ਹੈ ਯੂਰਪੀਅਨ ਹੈ ਇੰਡੀਅਨ ਹੈ ਪਾਕਿਸਤਾਨੀ ਹੈ ਕਿਸੇ ਵੀ ਕੰਟਰੀ ਹੈ ਉਸ ਨੂੰ ਪਾਸ ਕਰਨਾ ਪੈਂਦਾ ਹੈ ਕੱਲ ਦਾ ਸ਼ੁਕਰੀਆ ਵਧਿਆ ਨੈਕਸਟ ਕਾਲਰ ਵਾਲ ਜੀ ਜੀ ਤੁਸੀਂ ਗੱਲ ਕਰੋ ਜੀ ਜੀ ਜੇ ਤੁਸੀਂ ਆਨ ਲਾ ਰਹੇ ਹੋ ਤੁਸੀਂ ਗੱਲ ਕਰੋ ਜੇ ਤੁਸੀਂ ਟੈਲੀਫੋਨ ਤੇ ਗੱਲ ਕਰੋ ਜੀ ਜੇ ਤੁਸੀਂ ਗੱਲ ਕਰੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਪੁੱਛਣਾ ਚਾਹੁੰਦੀ ਸੀ ਕਿ ਮੈਂ ਇੰਗਲੈਂਡ ਆਉਣਾ ਚਾਹੁੰਦੀ ਹਾਂ ਤੇ ਮੇਰੇ ਕੋਲ ਇੰਡੀਅਨ ਪਾਸਪੋਰਟ ਆ ਮੇਰੀ ਸਿਸਟਰ ਇੰਗਲੈਂਡ ਰਹਿੰਦੀ ਆ ਉਹ ਮੈਨੂੰ ਜਿੱਦਾਂ ਸਪੌਂਸਰ ਕੌਣ ਹੈ ਇਟਲੀ ਤੋਂ ਬੋਲਦੀ ਆ ਜੀ ਤੁਹਾਡੇ ਕੋਲ ਸਟੇ ਹੈ ਇਟਲੀ ਦੇ ਵਿੱਚ
ਠੀਕ ਹੈ ਜੀ, ਤੁਹਾਡੀ ਕੱਲ ਦਾ ਸ਼ੁਕਰੀਆ। ਅਗਰ ਤੁਹਾਡੇ ਕੋਲ ਇਟਲੀ ਦੇ ਵਿਚ ਫੈਮਿਲੀ ਦੇ ਪੇਪਰ ਨੇ, ਤੁਸੀਂ ਉੱਥੇ ਰਹਿ ਰਹੇ ਹੋ, ਅਗਰ ਤੁਹਾਡੀ ਸਿਸਟਰ ਤੁਹਾਨੂੰ ਹਾਲੀਡੇਜ਼ ਤੇ ਬੁਲਾਉਣਾ ਚਾਹੁੰਦੀ ਹੈ, ਵਿਜ਼ਟਰ ਵੀਜ਼ੇ ਤੇ ਬੁਲਾਉਣਾ ਚਾਹੁੰਦੀ ਹੈ ਕਿ ਤੁਸੀਂ ਕੁਝ ਵੀਕ ਇੱਥੇ ਰਹਿ ਕੇ ਵਾਪਸ ਚਲੇ ਜਾਓ, ਉਹ ਤੁਹਾਨੂੰ ਰਾਹਦਾਰੀ ਭੇਜ ਸਕਦੀ ਹੈ। ਉਹ ਜਦੋਂ ਤੁਹਾਨੂੰ ਰਾਹਦਾਰੀ ਮਿਲ ਜਾਏ, ਫਿਰ ਤੁਸੀਂ ਜਿਹੜਾ ਬ੍ਰਿਟਿਸ਼ ਐਮਬੈਸੀ ਹੈ ਉੱਥੇ ਤੁਸੀਂ ਐਪਲੀਕੇਸ਼ਨ ਪਾਓਗੇ ਤੇ ਤੁਹਾਨੂੰ ਵਿਜ਼ਟਰ ਵੀਜ਼ਾ ਇੱਥੇ ਆਉਣ ਦਾ ਦੇ ਦੇਣਗੇ। ਕੱਲ ਦਾ ਸ਼ੁਕਰੀਆ ਵਧੇ। ਅਗਲੇ ਕੱਲ੍ਹ ਰਵਾਲ ਜੀ, ਜੀ ਤੁਸੀਂ ਗੱਲ ਕਰੋ ਜੀ। ਜੀ ਹੈਲੋ ਜੀ, ਜੀ ਤੁਸੀਂ ਟੈਲੀਫੋਨ ਤੇ ਗੱਲ ਕਰੋ। ਮਾਈ ਜੀ, ਮੈਂ ਬ੍ਰਿਟਿਸ਼ ਸਿਟੀਜ਼ਨ ਸੀ, ਮੈਂ ਸ਼ਾਦੀ ਕਰੀ ਸੀ ਲੀਗਲ ਸਟੇਟਸ 2011 ਮੇ, ਤਾਂ ਉਹਨਾਂ ਨੇ ਇੰਗਲੈਂਡ ਯੂਕੇ ਮੈਂ ਹਮਾਰੀ ਐਪਲੀਕੇਸ਼ਨ ਰਿਫਿਊਜ਼ ਕਰਤੀ ਸੀ, ਵੋ ਬੋਲੇ ਜੈਨੂਇਨ ਮੈਰਿਜ ਨਹੀਂ, ਤਾਂ ਹਮ ਫਿਰ ਸ਼ਿਫਟ ਹੋ ਗਏ ਯੂਰਪ ਮੈਂ, ਹਮ ਸਾਲ ਯਹਾਂ ਪਰ ਰਹੇ, ਟ੍ਰੀਟ ਜੋਇਨ ਮੈਂ ਕਰਤੀ ਰਹੀ ਹੂੰ ਯਹਾਂ ਪਰ ਯੂਰਪ ਮੈਂ, ਤਾਂ ਉਸਕੋ 5 ਈਅਰ ਕਾ ਵੀਜ਼ਾ ਮਿਲਾਇਆ ਥਾ, ਮੈਂ ਉਸਕੋ ਇੰਗਲੈਂਡ ਲੈ ਕਰ ਆਈ ਹੋਈ ਅਭੀ ਤਾਂ। ਮੈਂ ਆਪਣੇ ਯੇ ਪੁੱਛਣਾ ਸਰ, ਬਿਫੋਰ ਸਿੰਗਲ ਰੂਟ ਕੇ ਐਪਲੀਕੇਸ਼ਨ ਲਗਾਣੇ ਸੇ ਪਹਿਲੇ ਹਮ ਉਸਕਾ ਨੈਸ਼ਨਲ ਇੰਸ਼ੋਰੈਂਸ ਨੰਬਰ ਅਪਲਾਈ ਕਰ ਸਕਤੇ ਹੈ, ਤਾਂ ਉਸਕੇ ਪਾਸ ਕੌਨ ਸਾ ਵੀਜ਼ਾ ਹੈ ਅਭੀ? ਉਸਕੇ ਪਾਸ EU ਟ੍ਰੀਟੀ ਰਾਈਟਸ ਕਾ ਵੀਜ਼ਾ ਹੈ 5 ਸਾਲ ਕਾ। ਜੀ ਆਪਕੀ ਕਾਲ ਕਾ ਸ਼ੁਕਰੀਆ। ਹਾਂ ਬਿਲਕੁਲ, ਵੋ ਇਧਰ ਕਾਮ ਕਰ ਸਕਤਾ ਹੈ, ਲੇਕਿਨ ਅਗਰ ਉਸਕੇ ਪਾਸ 5 ਸਾਲ ਕਾ ਵੀਜ਼ਾ ਐਜ਼ ਏ ਡਿਪੈਂਡੈਂਟ ਮਿਲਾ ਹੋਇਆ, ਤੋ ਫਿਰ ਤੋ ਉਸੇ ਕਿਸੀ ਚੀਜ਼ ਕੀ ਜ਼ਰੂਰਤ ਨਹੀਂ ਹੈ। ਜਬ ਉਹ 5 ਸਾਲ ਯੂਕੇ ਮੈਂ ਰਹਿ ਜਾਏਗਾ, ਤੋ ਫਿਰ ਉਹ ਐਪਲੀਕੇਸ਼ਨ ਕਰ ਸਕੇਗਾ ਇੰਡੈਫਿਨਿਟ ਸਟੇ ਕੇ ਲਿਏ। ਬਹਰਹਾਲ ਇਸ ਵੀਜ਼ੇ ਕੇ ਉਪਰ ਵੋ ਇੰਸ਼ੋਰੈਂਸ ਨੰਬਰ ਵੀ ਲੈ ਸਕਤਾ ਔਰ ਕਾਮ ਵੀ ਕਰ ਸਕਤਾ ਹੈ। ਕਾਲ ਕਾ ਸ਼ੁਕਰੀਆ ਵਧਿਆ। ਨੈਕਸਟ ਕਾਲਰ ਵਾਲ ਜੀ। ਹਾਂਜੀ ਜੀ ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਅਸੀਂ ਮੇਰੇ ਕੋਲ ਨਾ ਦੂਸਰਾ ਪਾਸਪੋਰਟ ਏ, ਮਤਲਬ ਡੈਫੀ ਨੇੜੇ ਮੇਰੇ ਕੋਲ, ਠੀਕ ਹੈ, ਤੇ ਮੈਂ ਜਿੱਦਾਂ ਬ੍ਰਿਟਿਸ਼ ਪਾਸਪੋਰਟ ਅਪਲਾਈ ਕਰ ਸਕਦੀ ਹਾਂ? ਤੁਹਾਨੂੰ ਇੰਡੀਆ ਫੈਂਸ ਕਦੋਂ ਮਿਲਿਆ ਸੀ? ਪਿਛਲੇ 5 ਸਾਲ ਦੇ ਵਿਚ ਤੁਸੀਂ ਜ਼ਿਆਦਾ ਅਰਸਾ ਯੂਕੇ ਦੇ ਵਿਚ ਰਹੇ ਹੋ, ਅਗਰ ਬਾਹਰ ਗਏ ਹੋ ਤੇ 3 ਮਹੀਨੇ 1 ਸਾਲ ਦੇ ਵਿਚ, ਉਸ ਤੋਂ ਜ਼ਿਆਦਾ ਬਾਹਰ ਨਹੀਂ ਰਹੇ ਹੋ। ਉਸ ਤੋਂ ਬਾਅਦ ਇੱਕ ਹੋਰ ਸ਼ਰਤ ਹੈ ਕਿ ਪਿਛਲੇ 10 ਸਾਲਾਂ ਦੇ ਵਿਚ ਇਮੀਗ੍ਰੇਸ਼ਨ ਰੂਲਸ ਦੀ ਕੋਈ ਬ੍ਰੀਚ ਨਹੀਂ ਕੀਤੀ ਹੈ। ਅਗਰ ਇਹ 3 ਸ਼ਰਤਾਂ ਪੂਰੀਆਂ ਕਰ ਰਹੇ ਹੋ ਫਿਰ ਤੁਸੀਂ ਨੈਸ਼ਨਲਿਟੀ ਵਾਸਤੇ ਐਪਲੀਕੇਸ਼ਨ ਪਾ ਸਕਦੇ ਹੋ। ਤੁਹਾਡੀ ਕਾਲ ਦਾ ਸ਼ੁਕਰੀਆ ਵਧੀਆ। ਨੈਕਸਟ ਕਾਲਰ ਵਾਲ ਜੀ। ਸਲਾਮ ਭਾਜੀ। ਜੀ ਵਾਲੇਕੁਮ ਸਲਾਮ ਜੀ। ਮੈਂ ਨਾ ਕੇਸ ਲਗਾਇਆ 2002 ਕਾ ਲਗਾਇਆ ਹੋਗਾ, ਇਹਨਾਂ ਨੇ 3-4 ਦਫਾ ਰਿਫਿਊਜ਼ ਕੀਆ ਵਾ ਅਭੀ ਮੈਨੂੰ ਮੁਝੇ, ਤੋ ਕਿਆ ਕੇਸ ਲਗਾਇਆ ਥਾ 2002 ਮੈਂ? ਲੈਗਸੀ ਕਾ ਚੱਲ ਰਿਹਾ ਥਾ ਮੇਰਾ, ਅਭੀ ਮੈਂ 5 ਸਾਲ ਹੋ ਗਏ ਸੈਨ ਮੈਂ ਜਾ ਰਹਾ ਹੂੰ। ਨਹੀਂ, ਲੈਗਸੀ ਆਪਨੇ ਅਪਲਾਈ ਕਬ ਕੀਆ ਥਾ? 2010 ਮੈਂ ਕੀਆ ਥਾ ਅਪਲਾਈ। ਤੋ ਵਹੀ ਬਾਤ ਹੈ, ਤੋ 6 ਸੇ ਲੇਕਰ 9 ਤੱਕ ਕਿਉਂ ਨਹੀਂ ਅਪਲਾਈ ਕੀਆ? ਉਸ ਟਾਈਮ ਨਹੀਂ ਮੈਨੇ ਕੀਆ, ਤੋ ਅਭੀ ਕਿਆ ਹੈ ਕਿ ਮੈਂ ਸੈਨ 5 ਸਾਲ ਹੋ ਗਏ ਮੁਝੇ ਸੈਨ ਕਰਨੇ ਕੇ ਜਾ ਰਹਾ ਹੂੰ, ਠੀਕ ਹੈ, ਅਭੀ 2-3 ਦਫਾ ਇਹਨਾਂ ਨੇ ਨਾ ਰਿਫਿਊਜ਼ ਕੀਆ, ਤੋ ਅਭੀ ਆਪ ਹੀ ਇਹਨਾਂ ਨੇ ਮੁਝੇ ਲਿਵਰਪੂਲ ਬੁਲਾ ਲਿਆ ਕਿ ਇੰਟਰਵਿਊ ਆਪਕੀ। ਠੀਕ ਠੀਕ, ਅਭੀ ਕਿਆ ਪਤਾ, ਅਭੀ ਸਵਾਲ ਕਿਆ ਹੈ ਜੀ? ਅਭੀ ਮੈਂ ਇਹ ਪੁੱਛ ਰਹਾ ਹੂੰ, ਲਿਵਰਪੂਲ ਕਿਸ ਲਈ ਬੁਲਾਇਆ ਹੋਗਾ ਇਹਨਾਂ ਨੇ? ਜੀ ਆਪਕੀ ਕਾਲ ਕਾ ਸ਼ੁਕਰੀਆ। ਅਬ ਅਗਰ ਉਹਨੇ ਬੁਲਾਇਆ ਤੋ ਫਿਰ ਆਪ ਜਾਏ ਇੰਟਰਵਿਊ ਕੇ ਲਈ। ਦੂਸਰੀ ਬਾਤ ਇਹ ਕਿ ਜੋ ਐਮਨੈਸਟੀ ਜਾਂ ਲੈਗੇਸੀ ਹੈ, ਇਹ 2006 ਮੈਂ ਨਿਕਲੀ ਥੀ, ਜਿਸ ਨੇ 6 ਸੇ ਲੇਕਰ 9 ਤੱਕ ਅਪਲਾਈ ਕੀਆ ਉਨਕੋ ਤੋ ਸਟੇ ਮਿਲ ਗਿਆ ਥਾ, ਤੋ ਆਪਨੇ ਚੁੱਕੇ 6 ਸੇ ਲੇਕਰ 9 ਤੱਕ 3 ਜਾਂ 4 ਸਾਲ ਅਪਲਾਈ ਨਹੀਂ ਕੀਆ, 10 ਮੈਂ ਅਗਰ ਅਪਲਾਈ ਕੀਆ, ਇਸ ਵਜ੍ਹਾ ਸੇ ਉਹਨੇ ਆਪਕੋ ਸਟੇ ਨਹੀਂ ਦੀਆ। ਅਗਰ 6 ਸੇ 9 ਕੇ ਦੌਰਾਨ ਆਪ ਯੂਕੇ ਮੈਂ ਥੇ ਔਰ ਅਪਲਾਈ ਕਰਤੇ, ਆਪਕਾ ਸਟੇ ਹੋ ਗਿਆ ਹੋਤਾ। ਬਹਰਹਾਲ ਆਪ ਅਗਰ ਉਹਨੇ ਯੂਰਪ ਮੈਂ, ਅਗਰ ਉਹਨੇ ਲਿਵਰਪੂਲ ਮੈਂ ਬੁਲਾਇਆ, ਤੋ ਆਪ ਇੰਟਰਵਿਊ ਕੇ ਲਈ ਚਲੇ ਜਾਏ। ਕਾਲ ਕਾ ਸ਼ੁਕਰੀਆ ਵਧਿਆ। ਅਗਲੇ ਕਾਲਰ ਵਾਲ ਜੀ। ਜੀ ਤੁਸੀਂ ਗੱਲ ਕਰੋ ਜੀ। ਜੀ ਤੁਸੀਂ ਟੈਲੀਫੋਨ ਤੇ ਗੱਲ ਕਰੋ। ਹਾਂਜੀ ਜੀ, ਉਹ ਮੈਂ ਤੇ ਗੱਲ ਕਰਨੀ ਸੀ ਜੀ। ਬਿਲਕੁਲ ਗੱਲ ਕਰੋ ਜੀ, ਤੁਸੀਂ ਆਨੇ ਆਏ ਹੋ। ਹਾਂਜੀ ਹੈਲੋ, ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ। ਹਾਂਜੀ ਹਾਂਜੀ, ਮੈਂ ਗੱਲ ਕਰਨੀ ਸੀ ਵੀ ਜਿੱਦਾਂ ਜੈਂਟਸ ਦੇ ਬਾਰੇ ਦੱਸਿਆ ਤੁਸੀਂ, 65 ਸਾਲ ਤੱਕ ਹੋ ਜੇ ਤੇ ਉਹਨੂੰ ਜੀ, ਤੇ ਉਹਨੂੰ ਲੋੜ ਨੀ ਕਿ ਆਪਣੇ ਇੰਗਲਿਸ਼ ਟੈਸਟ ਦੀ। ਠੀਕ, ਤੇ ਜਿਹੜੀ ਲੇਡੀ ਆ, ਲੇਡੀ ਨੂੰ ਵੀ 65 ਸਾਲ ਹੈ ਕਿ ਜਾਂ ਘੱਟ ਆ? ਜੀ ਤੁਹਾਡੀ ਗੱਲ ਦਾ ਸ਼ੁਕਰੀਆ। ਨਹੀਂ, ਉਹ ਦੋਵਾਂ ਨੂੰ 65 ਸਾਲ ਹੈ, ਲੇਡੀ ਹੈ ਜਾਂ ਮਰਦ ਹੈ, ਦੋਵਾਂ ਨੂੰ 65 ਸਾਲ ਹੈ। ਅਗਰ 65 ਸਾਲ ਤੋਂ ਉੱਤੇ ਹੋ ਜਾਣ ਫਿਰ ਉਹਨਾਂ ਨੂੰ ਲਾਈਫ ਇੰਡੀਆ ਟੈਸਟ ਇੰਗਲਿਸ਼ ਟੈਸਟ ਦੀ ਲੋੜ ਨਹੀਂ, ਲੇਕਿਨ ਉਸ ਤੋਂ ਪਹਿਲੇ ਮਰਦ ਹੈ ਜਾਂ ਔਰਤ ਹੈ, ਉਹਨੂੰ ਟੈਸਟ ਲਾਈਫ ਇੰਡੀਆ ਟੈਸਟ ਇੰਗਲਿਸ਼ ਟੈਸਟ ਦੀ ਲੋੜ ਪੈਂਦੀ ਹੈ। ਕੱਲ ਦਾ ਸ਼ੁਕਰੀਆ ਵਧੇ। ਅਗਲੇ ਕਾਲਰ ਵਾਲ ਜੀ। ਜੀ ਤੁਸੀਂ ਗੱਲ ਕਰੋ ਜੀ। ਜੀ ਜੀ ਸਲਾਮ। ਜੀ ਵਾਲੇਕੁਮ ਸਲਾਮ। ਮੇਰੇ ਡੈਡ ਇੰਡੀਆ ਰਹਿੰਦੇ ਆ, ਉਹ 2 ਸਾਲ ਦੀ ਉਹਨਾਂ ਨੂੰ 2 ਸਾਲ ਦਾ ਵੀਜ਼ਾ ਹੁਣ ਮਿਲਿਆ ਸੀ।
ਠੀਕ ਹੈ ਪਿਛਲੇ ਦੋ ਉਹਨਾਂ ਦਾ ਵੀਜ਼ਾ ਖਤਮ ਹੋ ਰਿਹਾ ਮਾਰਚ 2017 ਦੇ ਵਿੱਚ ਠੀਕ ਹੈ 12 ਮਾਰਚ ਨੂੰ ਉਹ ਮੈਂ ਕੱਲਾ ਹੀ ਹਾਂ ਡਿਪੈਂਡੈਂਟ ਹਾਂ ਮੇਰੇ ਤੇ ਮੈਂ ਪੈਸੇ ਵੀ ਭੇਜਦਾ ਰਹਿਣਾ ਤੇ ਸਿਸਟਰ ਮੇਰੀ ਇੰਡੀਆ ਬਹਿ ਹੋਈ ਨੇ ਮੈਂ ਦੇਖੋ ਇੱਥੇ ਡੈਵੀ ਬ੍ਰਿਟਿਸ਼ ਨੈਸ਼ਨੈਲਿਟੀ ਆ ਮੈਨੂੰ 17 ਸਾਲ ਹੋ ਗਏ ਇੱਥੇ ਆਏ ਨੂੰ ਕੋਈ ਏਦਾਂ ਦਾ ਮੇਰਾ ਪੇਪਰ ਵਰਕ ਦੀ ਕਮੀ ਨੀ ਸਾਰਾ ਕੁਝ ਠੀਕ ਹੈ ਫੈਮਿਲੀ ਦਾ ਵੀ ਮੈਂ ਉਹਨਾਂ ਦਾ ਇੱਥੇ ਆਇਆ ਦਾ ਜਦੋਂ ਵੀਜ਼ਾ ਖਤਮ ਹੋ ਜਾਵੇ ਉਦੋਂ ਪਹਿਲਾਂ ਇੱਥੇ ਅਪਲਾਈ ਕਰਦਾ ਮੈਂ ਇੰਡੀਆ ਨੂੰ ਵਾਪਸ ਭੇਜਣਾ ਬੋਲਦਾ ਏਜ ਕਿਤਨੀ ਹੈ ਤੁਹਾਡੇ ਡੈਡੀ ਦੀ ਉਹਨਾਂ ਦੀ 65 ਸਾਲ ਤੋਂ ਉੱਪਰ ਹੈ ਠੀਕ ਹੈ ਜੀ ਤੁਹਾਡੀ ਕਾਲ ਦਾ ਸ਼ੁਕਰੀਆ ਅਸਲ ਵਿੱਚ ਅਗਰ ਤੁਹਾਡੇ ਡੈਡੀ ਯੂਕੇ ਦੇ ਵਿੱਚ ਆ ਗਏ ਵੀਜ਼ਾ ਖਤਮ ਹੋਣ ਤੋਂ ਪਹਿਲੇ ਪਹਿਲੇ ਇੱਥੋਂ ਤੁਸੀਂ ਐਪਲੀਕੇਸ਼ਨ ਉਹਨਾਂ ਦੀ ਪਾਓ ਤਾਂ ਪਾ ਸਕਦੇ ਹੋ ਇੰਡੀਆ ਤੋਂ ਵੀਜ਼ਾ ਨਹੀਂ ਲੱਗੇਗਾ ਕਿਉਂਕਿ ਇੰਡੀਆ ਤੋਂ ਇਹ ਕਾਨੂੰਨ ਸਾ ਜਿਹੜਾ 2012 ਦੇ ਵਿੱਚ ਇਹਨੇ ਖਤਮ ਕਰ ਦਿੱਤਾ ਸੀ ਲੇਕਿਨ ਅਗਰ ਉਹ ਯੂਕੇ ਆ ਜਾਂਦੇ ਨੇ ਵਿਜ਼ਟਰ ਵੀਜ਼ੇ ਤੇ ਇੱਥੋਂ ਤੁਸੀਂ ਅਗਰ ਐਪਲੀਕੇਸ਼ਨ ਉਹਨਾਂ ਦੀ ਫਾਈਟ ਕਰਨਾ ਚਾਹੋ ਤਾਂ ਇੱਥੋਂ ਫਾਈਟ ਕਰ ਸਕਦੇ ਹੋ ਉਹਨੇ ਦਾ ਕੇਸ ਕੱਲ੍ਹ ਦਾ ਸ਼ੁਕਰੀਆ ਵਧਦੇ ਹਾਂ ਅਗਲੇ ਕਾਲਰ ਵਾਲ ਜੀ ਜੀ ਅਸਲਾਮ ਵਾਲੇਕੁਮ ਵਾਲੇਕੁਮ ਸਲਾਮ ਮਲਿਕ ਸਾਹਿਬ ਮੈਂ ਆਪਣੀ ਮਦਰ ਇਨ ਲਾਅ ਵਾਸਤੇ ਅਪਲਾਈ ਕੀਤਾ ਸੀ ਪਾਕਿਸਤਾਨ ਤੋਂ ਮੈਂ ਸਪੌਂਸਰ ਕਰ ਰਿਹਾ ਸੀ ਉਹਨਾਂ ਨੂੰ ਠੀਕ ਹੈ ਤੇ ਉਹਨਾਂ ਦਾ ਵਿਜ਼ਿਟ ਵੀਜ਼ਾ ਜਿਹੜਾ ਹੈਗਾ ਉਹ ਜਿਹੜਾ ਰਿਜੈਕਟ ਹੋ ਗਿਆ ਸੀ ਇਨੀਸ਼ਲੀ ਨਾ ਤੇ ਉਹਨਾਂ ਨੇ ਕਿਹਾ ਸੀ ਕਿ ਕਿਉਂਕਿ ਉਹਨਾਂ ਦਾ ਬੇਟਾ ਸਪੋਰਟ ਕਰ ਰਿਹਾ ਸੀ ਤੇ ਉਹਨਾਂ ਨੇ ਕਿਹਾ ਉਹਦੇ ਅਕਾਊਂਟ 'ਚ ਨਾ ਕੁਛ ਲੰਬਸਮ ਅਮਾਊਂਟ ਆ ਰਹੀ ਸੀ ਤੇ ਫਿਰ ਅਸੀਂ ਅਪਲਾਈ ਅਗੇਨ ਕੀਤਾ ਵਿਦ ਆਲ ਦ ਅਦਰ ਡਾਕੂਮੈਂਟਸ ਟੂ ਐਕਸਪਲੇਨ ਆਲ ਦ ਟ੍ਰਾਂਜੈਕਸ਼ਨਸ ਤੇ ਉਹਨਾਂ ਨੇ ਹੁਣ ਦੁਬਾਰਾ ਰਿਜੈਕਟ ਕਰਤਾ ਉਹ ਕਹਿੰਦੇ ਨੇ ਕਿ you have stated that you live with your parents husband son daughter in law and grandchildren and that you are supported by your son to corroborate this you have submitted a letter from your son his bank statement salary slips while I accept that your son is employed and supporting you financially the document that you submitted do not demonstrate that you live in a settled circumstances as you claim given the above points and the lack of documentation application ke kiti si to visitor di application kiti si ya kedi haan ji visit visa di theek hai ji tade kal da shukriya asle ch tade kol hun bade limited option ne kyunki appeal da right si jehda oh pehle khatam ho gaya aaj kal appeal da right nahi dende ne tusi ek te apne mp kol ja ke ohne tu chitthi pawa sakde ho ਇੱਕ ਤੈਅ ਕਰੋ ਜਾਂ ਫਿਰ ਅਗਰ ਚਾਹੋ ਤਾਂ ਇਸ ਡਿਸੀਜਨ ਨੂੰ ਹਾਈ ਕੋਰਟ ਦੇ ਵਿੱਚ ਚੈਲੇਂਜ ਕਰਨਾ ਚਾਹੋ ਤਾਂ ਉਹ ਕਰ ਸਕਦੇ ਹੋ ਇਹ ਤੁਹਾਡੇ ਕੋਲ ਦੋ ਆਪਸ਼ਨ ਨੇ ਕੱਲ ਦਾ ਸ਼ੁਕਰੀਆ ਵਧਿਆ ਨੈਕਸਟ ਕਾਲਰ ਵਾਲ ਜੀ ਹਾਂਜੀ ਜੀ ਤੁਸੀਂ ਗੱਲ ਕਰੋ ਜੀ ਜੀ ਤੁਸੀਂ ਟੈਲੀਫੋਨ ਤੇ ਗੱਲ ਕਰੋ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਗੱਲ ਕਰੋ ਜੀ ਹਾਂਜੀ ਮੈਂ ਲਗਾਉਣ ਕੇ ਲਈ ਅਪਲਾਈ ਕੀਤਾ ਤੇ ਉਨ ਲੋਗੋਂ ਨੇ ਮੇਰਾ ਰਿਫਿਊਜ਼ ਕਰ ਦਿਆ ਜੀ ਤੁਮ ਪਹਿਲੇ ਨਾ ਸਿੰਗਲ ਥਾ ਸੌਰੀ ਠੀਕ ਤਾਂ ਅਭੀ ਸਵਾਲ ਕੀ ਹੈ ਜੀ ਮੈਂ ਪਹਿਲੇ ਸਟੂਡੈਂਟ ਆਇਆ ਥਾ ਕਿ ਮੈਂਨੇ ਟਵਾਈਸ ਕਰ ਕੇ ਹੋਇਆ ਥਾ ਉਸਕੇ ਬਾਅਦ ਮੈਂ ਇੰਡੀਆ ਚਲੇ ਗਿਆ ਇੰਡੀਆ ਸੇ ਵੀਜ਼ਾ ਲੈ ਕੇ ਆਇਆ ਮੇਰੀ ਜਹਾਂ ਸ਼ਾਦੀ ਹੋ ਗਈ ਸਪੋਸ ਵੀਜ਼ੇ ਤੇ ਠੀਕ ਹੈ ਉਹ ਬਾਅਦ ਵਿੱਚ ਇਨ ਲੋਗੋਂ ਨੇ ਮੇਰਾ ਰਿਫਿਊਜ਼ ਕਰ ਦਿਆ ਕਿ ਬੋਲਦੇ ਆ ਕਿ ਤੁਮਨੇ ਜਬ ਨੋ ਥਾ ਕਿ ਤੁਮਨੇ ਉਸਕਾ ਦਿਆ ਥਾ तो अभी क्या अपील की है आपने हाँ जी हाँ जून से किया हुआ है तो अभी सवाल क्या है कब से अपील कब तक आएगी जी आपकी कॉल का शुक्रिया अगर आपने अपील की है उसका इंतजार करें अपील में 6-7 महीने 8 महीने लग जाते हैं अपील जब आपकी हेयरिंग डेट आएगी उस वक्त आपको कोर्ट में जाना पड़ेगा जज को केस बताएंगे वो फिर इसका फैसला हाँ या ना में करेगा अभी जस्ट हेयरिंग डेट का वेट करें कॉल का शुक्रिया वद्या नेक्स्ट कॉलर वाल जी ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਪੁਰਤਗਾਲ ਤੋਂ ਆਇਆ ਤੇ ਮੈਂ ਫੈਮਿਲੀ ਮੰਗਾਉਣੀ ਉਹਦੇ ਪੇਪਰ ਕਿਹੜੇ ਡਾਕੂਮੈਂਟਸ ਕਿਹੜੇ ਕਿਹੜੇ ਚਾਹੀਦੇ ਪਲੀਜ਼ ਦੱਸ ਸਕਦੇ ਤੁਸੀਂ ਇੱਥੇ ਕੰਮ ਕਰ ਰਹੇ ਹੋ ਹਾਂਜੀ ਮੇਰੇ ਕੋਲ 6 ਮੰਥ ਦਾ ਕੰਟੈਕਟ ਆ ਤੇ ਤੁਹਾਡੀ ਫੈਮਿਲੀ ਕਿੱਥੇ ਹੈ ਇੰਡੀਆ ਠੀਕ ਹੈ ਜੀ ਤੁਹਾਡੀ ਕਾਲ ਦਾ ਸ਼ੁਕਰੀਆ ਹਾਂ ਤੁਸੀਂ ਇਸ ਲਈ ਫੈਮਿਲੀ ਨੂੰ ਬੁਲਾ ਸਕਦੇ ਹੋ ਅਗਰ ਯੂਕੇ ਦੇ ਵਿੱਚ ਤੁਸੀਂ ਫੁੱਲ ਟਾਈਮ ਕੰਮ ਕਰ ਰਹੇ ਹੋ ਤਾਂ ਤੁਹਾਡੇ ਕੋਲ ਪਰੂਫ ਹੈ ਕਿ ਤੁਸੀਂ ਕੰਮ ਕਰ ਰਹੇ ਹੋ ਤੁਹਾਡੇ ਕੋਲ ਰੈਜ਼ੀਡੈਂਟ ਪਰਮਿਟ ਹੈ ਨਾਲ ਤੁਹਾਡੇ ਜਿਹੜੇ ਪੈਸੇ ਨੇ ਜਿਹੜੇ ਵੇਜਿਸ ਨੇ ਉਹ ਬੈਂਕ ਦੇ ਵਿੱਚ ਜਾ ਰਹੇ ਨੇ ਤੁਸੀਂ ਫੈਮਿਲੀ ਨੂੰ ਸਪੋਰਟ ਕਰ ਰਹੇ ਹੋ ਤਾਂ ਤੁਸੀਂ ਫੈਮਿਲੀ ਨੂੰ ਇੱਥੋਂ ਸਪਾਂਸਰ ਕਰਕੇ ਯੂਕੇ ਦੇ ਵਿੱਚ ਬੁਲਾ ਸਕਦੇ ਹੋ ਕੱਲ ਦਾ ਸ਼ੁਕਰੀਆ ਵਧਿਆ ਨੈਕਸਟ ਕਾਲਰਵਾਲ ਜੀ ਜੀ ਤੁਸੀਂ ਗੱਲ ਕਰੋ ਜੀ ਹਾਂਜੀ ਹਾਂਜੀ ਜੀ ਹਾਂਜੀ ਮੈਂ ਪੁੱਛਣਾ ਸੀ ਵੀ ਜਿੱਦਾਂ ਪਿਓ ਭਰਾ ਇੱਥੇ ਸਾਰੇ ਪੱਕੇ ਹੋਣ ਠੀਕ ਹੈ ਤੇ ਮੁੰਡਾ ਸਟੂਡੈਂਟ ਹੋਵੇ ਸਟੂਡੈਂਟ ਜਿੱਦਾਂ ਉਹਦਾ ਕੇਸ ਕਾਲਜ ਬਲੈਕ ਲਿਸਟ ਹੋ ਗਿਆ ਹੋਵੇ ਠੀਕ ਹੈ ਤੇ ਉਹ ਮੁੜ ਕੇ ਵੀ ਆਪਣੇ ਐਫ ਐਲ ਆਰ ਪਾਈ ਜਾਂਦਾ ਤੇ ਉਹਦੇ ਬੇਸ ਤੇ ਉਹਦੇ ਬਣ ਸਕਦਾ ਕਿ ਨਹੀਂ ਬਣ ਸਕਦਾ
ਨਹੀਂ ਜੀ ਉਸ ਤਰ੍ਹਾਂ ਨਹੀਂ ਬਣ ਸਕਦਾ ਹੈ। ਅਗਰ ਉਹ ਯੂਕੇ ਦੇ ਪੜ੍ਹਨੇ ਦੇ ਵਾਸਤੇ ਆਇਆ ਸੀ, ਅਗਰ ਪੜ੍ਹਾਈ ਕੰਟੀਨਿਊ ਰੱਖਦਾ, ਕੋਈ ਡਿਗਰੀ ਵਗੈਰਾ ਲੈ ਲੈਂਦਾ, ਫਿਰ ਉਸਦਾ ਚਾਂਸ ਸੀ ਵਰਕ ਪਰਮਿਟ ਦਾ। ਉਹ ਅਗਰ ਨਹੀਂ ਕੀਤਾ ਹੈ ਤਾਂ ਫਿਰ ਉਸਦੇ ਵਾਸਤੇ ਕਾਫੀ ਮੁਸ਼ਕਿਲ ਹੈ। ਲੇਕਿਨ ਅਗਰ ਜਦੋਂ ਉਹ ਇਹ ਕੇਸ ਪਾਉਣਾ ਛੋੜ ਦੇਗਾ ਜਾਂ ਅਪੀਲਾਂ ਛੋੜ ਦੇਗਾ ਤਾਂ ਇਮੀਗ੍ਰੇਸ਼ਨ ਵਾਲੇ ਉਸਨੂੰ ਡਿਪੋਰਟ ਕਰਨਗੇ। ਇਸ ਵਜ੍ਹਾ ਦੇ ਵਾਸਤੇ ਉਸਨੂੰ ਚਾਹੀਦਾ ਹੈ ਕਿ ਕੋਈ ਨਾ ਕੋਈ ਲੀਗਲ ਤਰੀਕੇ ਨਾਲ ਇੱਥੇ ਰਹਿੰਦਾ ਰਹੇ ਜਾਂ ਕਿਸੇ ਵਕੀਲ ਤੋਂ ਤੁਸੀਂ ਐਡਵਾਈਸ ਲੈ ਲਿਓ। ਤੁਹਾਡੀ ਕਾਲ ਦਾ ਸ਼ੁਕਰੀਆ ਵਧੀਆ। ਨੈਕਸਟ ਕਾਲਰ ਵਾਲ ਜੀ ਸਤਿ ਸ਼੍ਰੀ ਅਕਾਲ ਮਲਿਕ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਹਾਂ ਮਲਿਕ ਸਾਹਿਬ, ਸਾਡਾ ਹੈ ਨਾ ਕੋਰਟ ਆਫ ਅਪੀਲ ਤੇ ਕੇਸ ਲੱਗਾ ਸੀ ਤਾਂ ਉਹਨੇ ਸਾਨੂੰ ਲੈਟਰ ਪਾਈ ਸੀਗੀ 100 pound ਪੇ ਕਰਨ ਦੀ, ਉਹ ਆਪਾਂ ਪੇ ਕਰ ਦਿੱਤਾ ਤਾਂ ਹੁਣ ਉਹਨਾਂ ਦੀ ਲੈਟਰ ਆਈ ਹੈ ਕਿ ਅਸੀਂ ਤੁਹਾਡੇ ਐਪਲੀਕੇਸ਼ਨ ਰਿਸੀਵ ਕਰ ਲਈ ਆ, ਤੇ ਹੁਣ ਆਪਾਂ ਨੂੰ ਕਿੰਨਾ ਟਾਈਮ ਲੱਗੂਗਾ ਉੱਥੇ ਜੀ? ਤੁਹਾਡੀ ਕਾਲ ਦਾ ਸ਼ੁਕਰੀਆ। ਆਪਣੇ ਬੱਚਿਆਂ ਨੂੰ ਨਾ 4 ਸਾਲ ਪੂਰੇ ਹੋ ਕੇ 5ਵਾਂ ਲੱਗਿਆ ਆ ਜੀ। ਤੁਹਾਡੀ ਕਾਲ ਦਾ ਸ਼ੁਕਰੀਆ। ਤੁਸੀਂ ਜਸਟ ਚੁੱਪ ਕਰਕੇ ਉਸਦਾ ਵੇਟ ਕਰੋ, ਜਿੰਨੀ ਜ਼ਿਆਦਾ ਦੇਰ ਲੱਗਿਆ ਤੁਹਾਡੇ ਹੱਕ ਵਿੱਚ ਹੈ, ਕਿਉਂਕਿ ਅਗਰ ਤੁਹਾਡੇ ਬੱਚੇ ਨੂੰ 7 ਸਾਲ ਪੂਰੇ ਨਹੀਂ ਹੋਏ ਫਿਰ ਤੁਹਾਨੂੰ ਗਾਰੰਟੀ ਨਹੀਂ ਹੈ ਕਿ ਤੁਹਾਡਾ ਸਟੇ ਮਿਲੇਗਾ। ਇਹ ਵੀ ਚਾਂਸਿਸ ਨੇ ਕਿ ਉੱਥੋਂ ਤੁਹਾਡਾ ਰਿਫਿਊਜ਼ ਕਰ ਦੇਣਗੇ। ਤੁਸੀਂ ਜਸਟ ਚੁੱਪ ਕਰਕੇ ਵੇਟ ਕਰੋ, ਜਿੰਨੀ ਜ਼ਿਆਦਾ ਦੇਰ ਲੱਗਦੀ ਹੈ ਇਤਨਾ ਜ਼ਿਆਦਾ ਚੰਗਾ ਹੈ। ਕਾਲ ਦਾ ਸ਼ੁਕਰੀਆ ਵਧਦੇ ਹਾਂ। ਨੈਕਸਟ ਕਾਲਰ ਵਾਲ ਜੀ ਸਲਾਮ ਅਲੈਕੁਮ ਸਰ ਜੀ। ਵਾਲੇਕੁਮ ਸਲਾਮ ਸਰ, ਮੈਂ ਬਾਤ ਦੋ ਪੁੱਛਣੀ ਹੈ। ਇੱਕ ਤੋਂ ਮੈਂ ਇਹ ਪੁੱਛਣਾ ਜੋ 18,600 ਵਾਲਾ ਸਪਾਊਸ ਵੀਜ਼ੇ ਕੇ ਉੱਪਰ ਵੋ ਵੀ ਇੱਕ ਹੈ ਸਿਸਟਮ ਕਿ ਨਹੀਂ ਹੈ ਅਭੀ, ਔਰ ਪੁਰਾਣੇ ਰੂਲ ਕੇ ਤਹਿਤ ਜੀ। ਔਰ ਦੂਸਰਾ ਇਹ ਹੈ ਕਿ ਅਗਰ ਮੈਨੇ ਆਪਣੀ ਵਾਈਫ ਕਾ ਵੀਜ਼ਾ ਦੁਬਾਰਾ ਅਪਲਾਈ ਕਰਨਾ ਹੈ ਤੋ ਉਨਕੋ 6 wage ਸਲਿਪ ਚਾਹੀਏ, ਤੋ ਮੇਰੀ ਜੋ ਵੇਜ ਸਲਿਪ ਹੈ ਉਹ 1-2 ਦਿਨ ਆਗੇ ਪਿੱਛੇ ਹੋ ਗਏ, ਤੋ ਮੈਂ ਉਨਕੋ ਦੁਬਾਰਾ 1 wage ਸਲਿਪ ਬਾਅਦ ਮੈਂ ਪੋਸਟ ਕਰ ਸਕਦਾ ਹੂੰ ਜੀ? ਆਪਣੀ ਕਾਲ ਦਾ ਸ਼ੁਕਰੀਆ। ਪਹਿਲੀ ਬਾਤ ਇਹ ਕਿ 18,600 ਕਾ ਕਾਨੂੰਨ ਬਿਲਕੁਲ ਮੌਜੂਦ ਹੈ। ਦੂਸਰੀ ਬਾਤ ਇਹ ਕਿ ਬਾਅਦ ਮੇਂ ਵੋ ਨਹੀਂ ਲੇਤੇ, ਜਬ ਆਪ ਅਪਲੀਕੇਸ਼ਨ ਕਰੇਂ ਉਸ ਵਕਤ ਆਪਕੇ ਪਾਸ ਮਿਨੀਮਮ 6 ਮਹੀਨੇ ਕੀ ਪੇ ਸਲਿਪਸ ਹੋਂ ਔਰ 6 ਮਹੀਨੇ ਕੀ ਪੇ ਸਲਿਪ ਬੈਂਕ ਸਟੇਟਮੈਂਟ ਹੋ, ਤਾਂ ਕਿ ਜਿਨਸੇ ਪਤਾ ਚਲੇ ਕਿ ਵੇਜਿਸ ਜੋ ਹੈ ਵੋ ਬੈਂਕ ਮੇਂ ਗਏ। ਅਗਰ ਇੱਕ ਵੀ ਮਿਸਿੰਗ ਹੈ ਬਾਅਦ ਮੇਂ ਵੋ ਆਪਸੇ ਐਕਸੈਪਟ ਨਹੀਂ ਕਰੇਂਗੇ, ਐਟ ਦ ਟਾਈਮ ਆਫ ਅਪਲੀਕੇਸ਼ਨ ਆਪਸੇ ਮੰਗਤੇ ਹੈਂ। ਕਾਲ ਕਾ ਸ਼ੁਕਰੀਆ ਵਧਦੇ ਹਾਂ। ਨੈਕਸਟ ਕਾਲਰ ਵਾਲ ਜੀ ਅਸਲਾਮ ਅਲੈਕੁਮ ਮਲਿਕ ਸਾਹਿਬ ਜੀ। ਵਾਲੇਕੁਮ ਸਲਾਮ ਸਰ, ਮੈਂ ਇਹ ਪੁੱਛਣਾ ਹੈ ਅਭੀ ਉਹ ਬੈਨੀਫਿਟ ਕਾ ਕੁਛ ਹੁਆ ਸਰ, ਆਪਨੇ ਬੋਲਾ ਥਾ ਨਾ ਡਿਸਕਸ਼ਨ ਲਈ ਵਾਲੋਂ ਕੋ ਅਭੀ ਬੱਚੇ ਬੈਨੀਫਿਟ ਲੈਣੇ ਕੇ ਲਈ ਆਪਨੇ ਦਿਆ ਹੁਆ ਕੁਛ ਜੀ? ਆਪਕੀ ਕਾਲ ਕਾ ਸ਼ੁਕਰੀਆ ਜੀ, ਮੈਂ ਸਮਝ ਗਿਆ। ਔਰ ਇੱਕ ਦੂਸਰਾ ਸਰ ਸਵਾਲ ਮੇਰਾ ਮਲਖਾ ਜੀ ਹੈ ਕਿ ਅਗਰ ਉਹ ਜੋ ਬੱਚਾ ਜਿਸਕੇ ਲਈ ਉਹ ਲੈ ਰਿਹਾ ਹੈ ਬੈਨੀਫਿਟ, ਤੋ ਆਗੇ ਉਹਨਾਂ ਨੇ ਐਕਸਟੈਂਸ਼ਨ ਕਰਨੀ ਤਾਂ ਉਸਨੂੰ ਕੋਈ ਪ੍ਰੋਬਲਮ ਤਾਂ ਨਹੀਂ ਆਏਗਾ ਸਰ ਉਸ ਬੱਚੇ ਦਾ? ਜੀ ਆਪਕੀ ਕਾਲ ਕਾ ਸ਼ੁਕਰੀਆ। ਪਹਿਲੀ ਬਾਤ ਇਹ ਕਿ ਅਗਰ ਬੈਨੀਫਿਟਸ ਅੱਜ ਕੱਲ੍ਹ ਇਮੀਗ੍ਰੇਸ਼ਨ ਵਾਲੇ ਬਾਜ਼ ਔਕਾਤ ਉਹ ਲਿਖ ਦੇਤੇ ਹੈ ਕਿ ਆਪ ਬੈਨੀਫਿਟਸ ਨਹੀਂ ਲੈ ਸਕਤੇ ਜਿਨਕੋ 7 ਸਾਲ ਕੀ ਬੇਸ ਪੇ ਸਟੇ ਮਿਲੇ, ਲੇਕਿਨ ਅਗਰ ਉਹ ਬੈਨੀਫਿਟ ਲੈਣਾ ਚਾਹੇ ਇੱਕ ਫਾਰਮ ਹੈ ਉਹ ਕੰਪਲੀਟ ਕਰਕੇ ਹੋਮ ਆਫਿਸ ਕੋ ਭੇਜਣਾ ਪੜਤਾ ਹੈ, ਫਿਰ ਅਗਰ ਹੋਮ ਆਫਿਸ ਵਾਲੇ ਸਮਝੇ ਤੋ ਉਨਕੋ ਪਰਮਿਸ਼ਨ ਦੇ ਦੇਤੇ ਹੈ। ਅਗਰ ਉਹ ਪਰਮਿਸ਼ਨ ਦੇ ਦੇ ਬੈਨੀਫਿਟਸ ਕੀ ਤੋ ਫਿਰ ਅਗਰ ਬੈਨੀਫਿਟਸ ਲੈ ਤੋ ਉਸਮੇ ਐਕਸਟੈਂਸ਼ਨ ਮੇਂ ਕੋਈ ਫਰਕ ਨਹੀਂ ਪੜਤਾ, ਐਕਸਟੈਂਸ਼ਨ ਉਨਕੋ ਮਿਲ ਜਾਤੀ ਹੈ। ਕਾਲ ਕਾ ਸ਼ੁਕਰੀਆ ਵਧਿਆ। ਨੈਕਸਟ ਕਾਲਰ ਵਾਲ ਜੀ ਹੈਲੋ। ਹਾਂਜੀ ਸਰ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਜਸਵੀਰ ਸਿੰਘ ਇਟਲੀ ਤੋਂ ਬੋਲ ਰਿਹਾ ਜੀ। ਜੀ ਮੈਂ ਸਰ ਇਟਲੀ ਤੋਂ ਇੰਗਲੈਂਡ ਆਉਣ ਲਈ ਪਹਿਲਾਂ ਵੀ 2 ਵਾਰ ਵੀਜ਼ਾ ਰਿਫਿਊਜ਼ ਹੋ ਚੁੱਕਿਆ ਮੇਰਾ, ਠੀਕ ਹੈ, ਤੇ ਮੈਨੂੰ 2 ਸਾਲ ਹੋ ਗਏ ਰਿਫਿਊਜ਼ ਹੋਏ ਨੂੰ, ਤੇ ਮੈਂ ਅਗਲੀ ਵਾਰ ਅਪਲਾਈ ਕਰ ਸਕਦਾ? ਤੁਹਾਡੇ ਕੋਲ ਪਾਸਪੋਰਟ ਕਿਹੜਾ ਹੈ? ਇੰਡੀਅਨ ਪਾਸਪੋਰਟ ਹੈ? ਇੰਡੀਅਨ। ਹਾਂਜੀ ਹਾਂਜੀ ਸਰ, ਠੀਕ ਹੈ ਜੀ। ਤੁਹਾਡੀ ਕੱਲ ਦਾ ਸ਼ੁਕਰੀਆ। ਕਿਉਂ ਰਿਫਿਊਜ਼ ਹੋਈਆਂ ਉਹ ਜਿਸ ਗੱਲ ਤੇ ਰਿਫਿਊਜ਼ ਹੋਈਆਂ ਬਸ ਫਿਰ ਉਹ ਬੈਂਕ ਬੈਲੈਂਸ ਨੂੰ ਠੀਕ ਕਰਕੇ, ਜਿਹੜੀਆਂ ਜਿਸ ਗੱਲ ਤੇ ਰਿਫਿਊਜ਼ ਹੋਈਆਂ ਉਹਨਾਂ ਗੱਲਾਂ ਨੂੰ ਠੀਕ ਕਰਕੇ ਉਸ ਤੋਂ ਬਾਅਦ ਅਗਰ ਦੁਬਾਰਾ ਐਪਲੀਕੇਸ਼ਨ ਐਨੀ ਟਾਈਮ ਪਾਉਣਾ ਚਾਹੋ ਤਾਂ ਤੁਸੀਂ ਪਾ ਸਕਦੇ ਹੋ। ਤੁਹਾਡੀ ਕੱਲ ਦਾ ਸ਼ੁਕਰੀਆ ਵਧਿਆ। ਨੈਕਸਟ ਕਾਲਰ ਵਾਲ ਜੀ ਜੀ ਤੁਸੀਂ ਗੱਲ ਕਰੋ ਜੀ। ਹਾਂਜੀ ਅੱਛਾ ਸਰ ਜੀ, ਗੱਲ ਇਸ ਤਰ੍ਹਾਂ ਹੈ ਕਿ ਮੈਂ ਬ੍ਰਿਟਿਸ਼ ਨੈਸ਼ਨੈਲਿਟੀ ਮੇਰੇ ਕੋਲ ਤੇ ਪਾਕਿਸਤਾਨੀ ਨੈਸ਼ਨੈਲਿਟੀ ਵੀ ਹੈ ਨਾ, ਡਿਊ ਨੈਸ਼ਨੈਲਿਟੀ। ਮੈਂ ਐਕਚੁਲੀ ਸ਼ਾਦੀ ਕੀਤੀ ਹੈ ਪਾਕਿਸਤਾਨ, 4 ਸਾਲ ਹੋਏ, ਲੇਕਿਨ ਮੈਂ ਆਪਣੀ ਵਾਈਫ ਨੂੰ ਬੁਲਾਇਆ ਨਹੀਂ। ਮੈਂ ਆਪ 2 ਸਾਲ ਬਾਅਦ ਹੁਣ ਵਾਪਸ ਇੱਥੇ ਲੰਡਨ ਆਇਆ, ਮੈਂ ਦੁਬਈ ਸੀ। ਮੈਨੂੰ ਨਾ ਇੱਥੇ ਆਇਆ ਤੇ ਮੇਰੇ 2 ਬਾਈਪਾਸ ਹੋ ਗਏ ਤੇ ਮੇਰੀ ਮੈਡੀਕਲ ਕੰਡੀਸ਼ਨ ਹੈ ਕਿ ਮੈਂ ਕੰਮ ਤੇ ਨਹੀਂ ਜਾ ਸਕਦਾ। ਸੋ ਮਸਲਾ ਹੈ ਕਿ ਅਗਰ ਮੈਂ ਫਿਟ ਹੁੰਦਾ ਤੇ ਕੰਮ ਤੇ ਜਾ ਕੇ ਤੇ 18,500 pound ਕਹਿੰਦੇ ਨੇ ਤੁਸੀਂ ਸ਼ੋ ਕਰੋ, ਉਹ ਮੈਂ ਕਰ ਨਹੀਂ ਸਕਦਾ ਬਿਕੋਜ਼ ਮੇਰੇ ਬਾਈਪਾਸ ਹੋਏ, ਮੈਂ ਅਨਫਿਟ ਹਾਂ ਤੇ ਮੇਰੀ ਨਾ ਉਹਨਾਂ ਨੇ ਨਾ ਉਹ ਲਾ ਦਿੱਤੀ ਹੈ ਈ ਐਸ ਏ ਲਾ ਦਿੱਤਾ ਕਿ ਅਨਫਿਟ ਟੂ ਗੋ ਟੂ ਵਰਕ। ਤੇ ਮੇਰੇ ਕੋਲ ਇੱਥੇ ਹੁਣ ਜਿਹੜਾ ਘਰ ਵਗੈਰਾ ਆਪਣਾ ਕੋਈ ਨਹੀਂ ਹੈ, ਸਿਰਫ ਮੇਰੇ ਕੋਲ ਕੌਂਸਲ ਵਾਲੇ ਮੈਨੂੰ ਆਪਣਾ ਫਲੈਟ ਦੇ ਰਹੇ ਨੇ ਤੇ ਬਾਕੀ ਮੇਰੇ ਉਹਨਾਂ ਨੇ ਪੈਸੇ ਲਾ ਦਿੰਦੇ ਕਿ ਤੂੰ ਮਤਲਬ ਕੰਮ ਤੇ ਜਾਣਾ ਨਹੀਂ, ਤੈਨੂੰ ਡਾਕਟਰ ਮੈਨੂੰ ਇੱਕ ਨੋਟ ਦਿੰਦਾ। ਠੀਕ ਹੈ, ਮੈਂ ਪੁੱਛਣਾ ਸੀ ਜੀ ਤੁਹਾਡੇ ਕੋਲ ਦਾ ਸ਼ੁਕਰੀਆ ਜੀ। ਮੈਂ ਸਮਝ ਗਿਆ ਤੁਹਾਡੀ ਗੱਲ। ਇਸ ਤੇ ਵੀ 2 ਗੱਲਾਂ ਨੇ, ਅਗਰ ਤਾਂ ਤੁਹਾਨੂੰ ਡਿਸੇਬਿਲਿਟੀ ਬੈਨੀਫਿਟਸ ਮਿਲਦੇ ਨੇ ਤਾਂ ਫਿਰ ਤੁਸੀਂ ਆਪਣੀ ਵਾਈਫ ਨੂੰ ਬੁਲਾ ਸਕਦੇ ਹੋ, ਅਗਰ ਉਹ ਨਹੀਂ ਮਿਲਦੇ ਨੇ ਫਿਰ ਜਾਂ ਤਾਂ ਤੁਸੀਂ ਕੰਮ ਕਰੋ 18,600 ਕਮਾਓ, ਜਾਂ ਅਗਰ ਤੁਹਾਡੇ ਕੋਲ
ਬਾਹਠ ਹਜ਼ਾਰ ਪੰਜ ਸੌ ਪਾਉਂਡ ਅਗਰ ਤੁਹਾਡੇ ਬੈਂਕ 'ਚ ਨੇ ਛੇ ਮਹੀਨੇ ਦੇ ਵਾਸਤੇ ਫਿਰ ਤੁਸੀਂ ਉਹਨੂੰ ਬੁਲਾ ਸਕਦੇ ਹੋ ਜਾਂ ਫਿਰ ਅਗਰ ਤੁਸੀਂ ਡਿਸੇਬਿਲਿਟੀ ਬੈਨੀਫਿਟ ਤੁਹਾਨੂੰ ਮਿਲਦੇ ਨੇ ਫਿਰ ਤੁਸੀਂ ਵਾਈਫ ਨੂੰ ਬੁਲਾ ਸਕੋਗੇ ਕੱਲ ਦਾ ਸ਼ੁਕਰੀਆ ਵਧੀਆ ਨੈਕਸਟ ਕਾਲਰ ਵਾਲ ਜੀ ਹੈਲੋ ਜੀ ਮਲਿਕ ਸਾਹਿਬ ਜੀ ਹਾਂਜੀ ਮੈਂ ਓਸੀ ਬਾਰੇ ਪੁੱਛਣਾ ਸੀ ਇੰਡੀਅਨ ਓਸੀ ਬਾਰੇ ਜਿਹੜਾ ਕੋਈ ਦੱਸੋਗੇ ਜੀ ਤੁਹਾਡੀ ਕਾਲ ਦਾ ਸ਼ੁਕਰੀਆ ਤੁਸੀਂ ਇੰਡੀਅਨ ਹਾਈ ਕਮਿਸ਼ਨ ਚਲੇ ਜਾਓ ਤਾਂ ਉਹ ਫਾਰਮ ਕੰਪਲੀਟ ਕਰਕੇ ਅਗਰ ਆਪਣਾ ਕੋਈ ਪਰੂਫ ਇੰਡੀਅਨ ਦਾ ਦੇ ਦਿਓ ਨੈਸ਼ਨੈਲਿਟੀ ਸਰਟੀਫਿਕੇਟ ਵੀ ਦੇ ਦਿਓ ਨਾਲ ਅਗਰ ਕੋਈ ਇੰਡੀਅਨ ਪਾਸਪੋਰਟ ਉਹ ਵੀ ਦੇ ਦਿਓ ਤਾਂ ਤੁਹਾਨੂੰ ਓ ਸੀ ਆਈ ਕਾਰਡ ਇਸ਼ੂ ਕਰ ਦੇਣਗੇ ਅਤੇ ਤੁਹਾਨੂੰ ਉੱਥੇ ਜਾ ਕੇ ਅਪਲਾਈ ਕਰਨਾ ਪੈਂਦਾ ਫੀ ਵੀ ਭਰਨਾ ਪਏਗੀ ਕਾਲ ਦਾ ਸ਼ੁਕਰੀਆ ਵਧੀਆ ਨੈਕਸਟ ਕਾਲਰ ਵਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਜੀ ਮੈਂ ਪੁੱਛਣਾ ਸੀਗਾ ਮੈਂ ਬ੍ਰਿਟਿਸ਼ ਨੈਸ਼ਨਲ ਹਾਂ ਮੈਂ ਆਪਣੇ ਪੇਰੈਂਟਸ ਜਿਹੜੇ ਇੰਡੀਆ ਰਹਿੰਦੇ ਉਹਨਾਂ ਨੂੰ ਇੱਥੇ ਪਰਮਨੈਂਟਲੀ ਬੁਲਾਉਣ ਦੀ ਕੋਸ਼ਿਸ਼ ਕਰੀ ਸੀਗੀ ਇੱਥੇ ਪੋਸੀਬਲ ਹੈਗਾ ਜਿੱਦਾਂ ਵਿਜ਼ਿਟਿੰਗ ਵੀਜ਼ਾ ਦਾ ਇੱਥੇ ਮੇਰੇ ਕੋਲ ਦੋ ਤਿੰਨ ਵਾਰ ਆ ਚੁੱਕੇ ਆ ਠੀਕ ਹੈ ਤੇ ਮੈਂ ਆਹੀ ਪੁੱਛਣਾ ਸੀ ਉਹਨਾਂ ਨੂੰ ਪਰਮਨੈਂਟਲੀ ਇੱਥੇ ਬੁਲਾ ਸਕਦੀ ਹਾਂ ਜੀ ਤੁਹਾਡੀ ਗੱਲ ਦਾ ਸ਼ੁਕਰੀਆ ਨਹੀਂ ਜੀ ਹੁਣ ਤੁਸੀਂ ਨਹੀਂ ਬੁਲਾ ਸਕਦੇ ਹੋ ਕਿਉਂਕਿ ਪਹਿਲੇ ਕਾਨੂੰਨ ਸੀ 2012 ਦੇ ਵਿੱਚ ਤੋਂ ਪਹਿਲੇ ਕਿ ਅਗਰ ਤੁਹਾਡੇ ਮਾਪੇ ਉੱਥੇ 65 ਤੋਂ ਜ਼ਿਆਦਾ ਤੁਸੀਂ ਉਹਨੇ ਬੁਲਾ ਸਕਦੇ ਸੀ ਲੇਕਿਨ 2012 ਦੇ ਵਿੱਚ ਇਹ ਕਾਨੂੰਨ ਬੰਦ ਹੋ ਗਿਆ ਖਤਮ ਹੋ ਗਿਆ ਹੁਣ ਤੁਸੀਂ ਨਹੀਂ ਉਹਨੇ ਬੁਲਾ ਸਕਦੇ ਹੋ ਲੇਕਿਨ ਵਿਜ਼ਟਰ ਅਗਰ ਉਹ ਇੱਥੇ ਆ ਜਾਣ ਇੱਥੋਂ ਉਹਨੇ ਦੇ ਵਾਸਤੇ ਕੋਈ ਨਾ ਕੋਈ ਐਪਲੀਕੇਸ਼ਨ ਅਗਰ ਤੁਸੀਂ ਫਾਈਟ ਕਰਨਾ ਚਾਹੋ ਉਹਨੇ ਦਾ ਕੇਸ ਯੂਕੇ ਦੇ ਵਿੱਚੋਂ ਫਾਈਟ ਕਰ ਸਕਦੇ ਹੋ ਤੁਹਾਡੀ ਕਾਲ ਦਾ ਸ਼ੁਕਰੀਆ ਵਧੀਆ ਨੈਕਸਟ ਕਾਲਰ ਵਾਲ ਜੀ ਹੈਲੋ ਜੀ ਜੀ ਮੇਰੇ ਦੋ ਕੁਐਸਚਨ ਹੈ ਇੱਕ ਕੁਐਸਚਨ ਮੈਂ ਪਹਿਲਾਂ ਇੱਥੇ ਸਟੂਡੈਂਟ ਸੀ ਮੈਂ ਟਵਾਈਕ ਦਾ ਉਸ ਟਾਈਮ ਤੇ ਕੋਰਸ ਕੀਤਾ ਸੀਗਾ ਉਸ ਤੋਂ ਬਾਅਦ ਵਿੱਚ ਮੈਂ ਇੰਡੀਆ ਇੱਥੇ ਮੇਰਾ ਵਿਆਹ ਹੋ ਗਿਆ ਵਿਆਹ ਕਰਕੇ ਮੈਂ ਇੰਡੀਆ ਚਲੇ ਗਿਆ ਬ੍ਰਿਟਿਸ਼ ਕੁੜੀ ਨਾ ਇੰਡੀਆ ਤੋਂ ਮੈਂ ਵੀਜ਼ਾ ਲੈ ਕੇ ਆਇਆ ਹੁਣ ਮੈਂ ਇਨਡੈਫੀਨੇਟਲੀ ਅਪਲਾਈ ਕੀਤਾ ਤੇ ਮੈਨੂੰ ਉਹਨਾਂ ਨੇ ਰਿਫਿਊਜ਼ ਕਰਤਾ ਵੀ ਤੂੰ ਟਵਾਈਕ ਦਾ ਕੀਤਾ ਸੀ ਮੈਨੂੰ ਹੁਣ ਮੈਂ ਟਵਾਈਕ ਦੀ ਅਪੀਲ ਕੀਤੀ ਹੋਈ ਆ ਵੀ ਨਾ ਇਨਡੈਫੀਨੇਟ ਵਾਸਤੇ ਅਪੀਲ ਕੀਤੀ ਹੋਈ ਆ ਤੇ ਉਹ ਕਿੰਨੇ ਟਾਈਮ 'ਚ ਤੇ ਕਦੋਂ ਆਉਂਦੀ ਆ ਤੇ ਉੱਥੇ ਮੈਨੂੰ ਆਪ ਹੀ ਰਹੀ ਤੇ ਜਾਣਾ ਪਊਗਾ ਦੂਸਰਾ ਕੁਐਸਚਨ ਇਹ ਆ ਵੀ ਮੇਰਾ ਕਜ਼ਨ ਯੂਰਪ 'ਚ ਆਉਣਾ ਚਾਹੁੰਦਾ ਆ ਉਹਦੀ ਵਾਈਫ ਤੋਂ ਇੰਡੀਅਨ ਪਾਸਪੋਰਟ ਆ ਉਹਦੇ ਬੱਚਿਆਂ ਤੋਂ ਉਹਦੇ ਕੋਲ ਦੋਨਾਂ ਤੋਂ ਜਰਮਨੀ ਪਾਸਪੋਰਟ ਆ ਵੀ ਉਹਨਾਂ ਨੂੰ ਕਿਹੜਾ ਵੀਜ਼ਾ ਲੈ ਕੇ ਆਉਣਾ ਚਾਹੀਦਾ ਜੀ ਤੁਹਾਡੀ ਕੱਲ ਦਾ ਸ਼ੁਕਰੀਆ ਤੁਹਾਡੀ ਅਪੀਲ ਦੇ ਵਿੱਚ ਤਕਰੀਬਨ 6-7 ਮਹੀਨੇ ਲੱਗ ਜਾਣਗੇ ਤੁਹਾਡਾ ਕੇਸ ਫਿਰ ਕੋਰਟ ਦੇ ਵਿੱਚ ਜਾਏਗਾ ਉੱਥੋਂ ਪਤਾ ਚੱਲੇਗਾ ਕਿ ਜੱਜ ਤੁਹਾਡਾ ਕੀ ਫੈਸਲਾ ਕਰਦਾ ਹੈ ਤੁਸੀਂ ਆਪਣੀ ਅਪੀਲ ਦੀ ਹੇਅਰਿੰਗ ਡੇਟ ਦਾ ਵੇਟ ਕਰੋ ਜਦੋਂ ਹੇਅਰਿੰਗ ਡੇਟ ਆਏਗੀ ਫਿਰ ਤੁਹਾਨੂੰ ਇੱਕ ਚੰਗੇ ਬੈਰਿਸਟਰ ਨੂੰ ਸਾਥ ਨਾਲ ਲੈ ਕੇ ਕੋਰਟ ਵਿੱਚ ਜਾਣਾ ਪਏਗਾ ਜਿਹੜਾ ਤੁਹਾਡਾ ਕੇਸ ਜੱਜ ਨੂੰ ਦੱਸੇਗਾ ਉਹ ਫਿਰ ਤੁਹਾਡੇ ਕੇਸ ਦਾ ਫੈਸਲਾ ਕਰੇਗਾ ਜਿੱਥੇ ਤੱਕ ਤੁਹਾਡੇ ਫਰੈਂਡ ਦਾ ਤਲਕ ਹੈ ਅਗਰ ਉਹ ਯੂਕੇ ਦੇ ਵਿੱਚ ਆਉਂਦਾ ਅਗਰ ਆਪਣੀ ਵਾਈਫ ਦਾ ਫੈਮਿਲੀ ਵਿਜ਼ਟਰ ਵੀਜ਼ਾ ਵੀ ਲੈ ਕੇ ਆ ਜਾਂਦਾ ਉਹ 6 ਮਹੀਨੇ ਦਾ ਹੁੰਦਾ ਯੂਕੇ ਆ ਸਕਦੇ ਨੇ ਅਗਰ ਇੱਥੇ ਆ ਕੇ ਤੁਹਾਡਾ ਜਿਹੜਾ ਫਰੈਂਡ ਨੇ ਉਹ ਇੱਥੇ ਕੰਮ ਕਰਨਾ ਸ਼ੁਰੂ ਕਰਦਾ ਉਹ ਫਿਰ ਆਪਣੀ ਵਾਈਫ ਦਾ ਵੀਜ਼ਾ ਇੱਥੋਂ ਹੀ ਐਕਸਚੇਂਜ ਕਰਵਾ ਸਕੇਗਾ ਲੇਕਿਨ ਇਹ ਤਦੋਂ ਪਾਸੇਬਲ ਹੋਏਗਾ ਜਦੋਂ ਯੂਕੇ ਯੂਰਪ ਦੇ ਵਿੱਚ ਹੈ ਇੱਕ ਵਾਰੀ ਯੂਕੇ ਯੂਰਪ ਦੇ ਵਿੱਚੋਂ ਬਾਹਰ ਨਿਕਲ ਗਿਆ ਫਿਰ ਇਹ ਪਾਸੇਬਲ ਨਹੀਂ ਰਹੇਗਾ ਤੁਹਾਡੀ ਕਾਲ ਦਾ ਸ਼ੁਕਰੀਆ ਵਧਿਆ ਨੈਕਸਟ ਕਾਲਰ ਵਾਲ ਜੀ ਹੈਲੋ ਸਤਿ ਸ਼੍ਰੀ ਅਕਾਲ ਜੀ ਜੀ ਸਤਿ ਸ਼੍ਰੀ ਅਕਾਲ ਹਾਂਜੀ ਤੁਸੀਂ ਬੈਨੀਫਿਟ ਬਾਰੇ ਗੱਲ ਕਰ ਰਹੇ ਸੀਗੇ ਕਿ ਜੇ ਬੱਚੇ ਬੈਨੀਫਿਟ ਲੈਣਾ ਤੁਸੀਂ ਤਾਂ ਤੁਸੀਂ ਹੋਮਵਰਕ ਪਤਾ ਕਰ ਸਕਦੇ ਹੋ ਮਿਲ ਸਕਦੇ ਨਹੀਂ ਮਿਲ ਸਕਦਾ ਬੱਚੇ ਦਾ ਇੱਥੇ ਜਨਮ ਹੋਇਆ ਜੀ ਉਹ ਫਾਰਮ ਕਿੱਥੋਂ ਮਿਲੂਗਾ ਜੀ ਜੀ ਤੁਸੀਂ ਇਹ ਫਾਰਮ ਹੈ ਜਿਹੜੀ ਹੋਮ ਆਫਿਸ ਦੀ ਇੰਟਰਨੈਟ ਤੇ ਚਲੇ ਜਾਓ ਗੂਗਲ ਤੇ ਵਿੱਚ ਸਰਚ ਕਰਕੇ ਉੱਥੋਂ ਤੁਸੀਂ ਡਾਊਨਲੋਡ ਕਰ ਸਕਦੇ ਹੋ ਉਹ ਤੁਹਾਨੂੰ ਉੱਥੋਂ ਮਿਲ ਜਾਏਗਾ ਕੱਲ ਦਾ ਸ਼ੁਕਰੀਆ ਵਧਿਆ ਨੈਕਸਟ ਕਾਲਰ ਵਾਲ ਜੀ ਹਾਂਜੀ ਜੀ ਵੇਟ ਕਰੀਏ ਜੀ ਨਹੀਂ ਤੁਸੀਂ ਗੱਲ ਕਰੋ ਜੀ ਗੱਲ ਕਰਾਂ ਜੀ ਹਾਂ ਜੀ ਜੀ ਪਤਾ ਕੀ ਹੈ ਮੇਰਾ ਇਹ ਮੈਂ ਇਹ ਪੁੱਛਣਾ ਹੈ ਮੈਂ ਇੰਡੀਆ ਜਾਣਾ ਚਾਹੁੰਦੀ ਹਾਂ ਕਹਿੰਦੇ 1 ਮਹੀਨਾ ਰਹਿ ਸਕਦੇ ਆਪਾਂ 3 ਮਹੀਨੇ ਰਹਿ ਸਕਦੇ ਤੇ 1 ਮਹੀਨਾ ਤੁਹਾਡੇ ਕੋਲ ਕਿਹੜਾ ਵੀਜ਼ਾ ਹੈ ਮੇਰੇ ਕੋਲ ਬ੍ਰਿਟਿਸ਼ ਆ ਜੀ ਤੁਹਾਡੀ ਕੱਲ ਦਾ ਸ਼ੁਕਰੀਆ ਤੁਸੀਂ ਜਿਤਨਾ ਮਰਜ਼ੀ ਚਾਹੋ ਇਤਨਾ ਜਾ ਸਕਦੇ ਹੋ ਅਗਰ ਤੁਹਾਡੇ ਕੋਲ ਓ ਸੀ ਆਈ ਕਾਰਡ ਹੈ ਫਿਰ ਤਾਂ ਤੁਸੀਂ ਅਗਰ ਚਾਹੋ ਤਾਂ ਸਾਰਾ ਸਾਲ ਵੀ ਉੱਥੇ ਰਹਿ ਸਕਦੇ ਹੋ ਅਗਰ ਓ ਸੀ ਆਈ ਕਾਰਡ ਨਹੀਂ ਤੁਹਾਡੇ ਪਾਸਪੋਰਟ ਤੇ ਵੀਜ਼ਾ ਲੈ ਕੇ ਜਾਣਾ ਚਾਹੋਗੇ ਫਿਰ ਤੁਹਾਡੇ ਵੀਜ਼ੇ ਤੇ ਲਿਖਿਆ ਹੋਗਿਆ ਕਿ ਕਿਤਨਾ ਅਰਸਾ ਤੁਸੀਂ ਇੰਡੀਆ ਰਹਿ ਸਕਦੇ ਹੋ ਲੇਕਿਨ ਬ੍ਰਿਟਿਸ਼ ਗੌਰਮੈਂਟ ਨੂੰ ਕੋਈ ਇਤਰਾਜ਼ ਨਹੀਂ ਅਗਰ ਤੁਸੀਂ 2 ਸਾਲ ਵੀ 4 ਸਾਲ ਵੀ ਉੱਥੇ ਰਹੇ ਹੋ ਤੁਸੀਂ ਰਹਿ ਸਕਦੇ ਹੋ ਕੱਲ ਦਾ ਸ਼ੁਕਰੀਆ ਵਧਿਆ ਨੈਕਸਟ ਕਾਲਰ ਵਾਰ ਜੀ ਜੀ ਤੁਸੀਂ ਗੱਲ ਕਰੋ ਜੀ ਹੈਲੋ ਜੀ ਜੀ ਸਤਿ ਸ਼੍ਰੀ ਅਕਾਲ ਆਪਣਾ ਸਰ ਜੀ ਮੈਂ ਇੱਥੋਂ ਬੋਲਦਾ ਹਰੀਪੁਰ ਤੋਂ ਠੀਕ ਹੈ ਤੇ ਮੇਰਾ ਨਾ ਬੇਟਾ ਇੱਥੇ ਆ ਉਹਨੂੰ 16 ਸਾਲ ਹੋ ਗਏ ਇੱਥੇ ਆਏ ਨੂੰ ਅੱਛਾ ਤੇ ਉਹਨੇ ਅਪਲਾਈ ਕੀਤਾ ਸੀ ਫਿਰ 14 ਸਾਲ ਵਾਲਾ ਜਿਹੜਾ ਸੀਗਾ ਅੱਛਾ ਉਹ ਰਿਫਿਊਜ ਹੋ ਗਿਆ ਜੀ ਹਾਂਜੀ ਉਸ ਕਦੋਂ ਅਪਲਾਈ ਕੀਤਾ ਸੀ ਉਹਨਾਂ ਮਤਲਬ ਸ਼ਾਇਦ ਪਤਾ ਨੀ 14 ਸਾਲ ਪੂਰੇ ਹੁਣ ਤੱਕ ਕੀਤਾ ਨਹੀਂ ਕਦੋਂ ਅਪਲਾਈ ਕੀਤਾ ਸੀ ਇਹ ਕੋਈ ਪਤਾ ਨਹੀਂ ਇਹ ਨਹੀਂ ਪਤਾ ਜੀ ਅੱਛਾ ਮੈਰਿਜ ਹੋ ਗਈ ਸੀ ਸਟੂਡੈਂਟ ਵੀਜ਼ੇ ਦਾ ਜੀ ਲੜਕੀ ਠੀਕ ਤੇ ਬੇਟਾ ਆਇਆ ਉਹ 5 ਸਾਲ ਦਾ ਹੋ ਗਿਆ ਹੁਣ ਠੀਕ ਹੈ ਤੇ ਇਹਦਾ ਹੁਣ ਕੀ ਪ੍ਰੋਸੀਜਰ ਕਦੋਂ ਹੁਣ ਮੁੜ ਕੇ ਦੁਬਾਰਾ ਅਪਲਾਈ ਕਰ ਸਕਦੇ ਆ ਜੀ ਤੁਹਾਡੀ ਕੱਲ ਦਾ ਸ਼ੁਕਰੀਆ ਪਹਿਲੀ ਗੱਲ ਕਿ ਜਿਹੜਾ 14 ਸਾਲ ਦਾ ਕਾਨੂੰਨ ਔਰ 2012
14 ਸਾਲ ਪੂਰੇ ਕਰ ਲਏ ਸਨ ਤਾਂ ਉਹ 9 ਜੁਲਾਈ 2012 ਤੋਂ ਪਹਿਲੇ ਅਗਰ ਐਪਲੀਕੇਸ਼ਨ ਕੀਤੀ ਹੁੰਦੀ ਤਾਂ ਉਹਨਾਂ ਦਾ ਸਟੇ ਹੋ ਗਿਆ ਹੁੰਦਾ, ਲੇਕਿਨ ਮੈਨੂੰ ਲੱਗਦਾ ਹੈ ਸ਼ਾਇਦ ਕੋਈ ਗੜਬੜ ਹੋ ਗਈ ਜਾਂ ਨਹੀਂ ਅਪਲਾਈ ਕਰ ਦਿੱਤਾ, ਉਹ ਕਾਨੂੰਨ ਖੈਰ ਹੁਣ 20 ਸਾਲ ਦਾ ਹੋ ਗਿਆ। ਇਹਨਾਂ ਦਾ ਬੱਚਾ ਅਗਰ 5 ਸਾਲ ਦਾ ਹੋ ਗਿਆ ਹੈ, ਇਹ ਅਗਰ ਐਪਲੀਕੇਸ਼ਨ ਪਾਉਣਾ ਚਾਹੁੰ ਤਾਂ ਪਾ ਸਕਦੇ ਨੇ, ਲੇਕਿਨ ਉਸ 'ਚ ਗਰੰਟੀ ਨਹੀਂ ਹੈ ਕਿ ਉਹਨੂੰ ਸਟੇ ਮਿਲੇਗਾ। ਅਗਰ ਇਹਨਾਂ ਦਾ ਬੱਚਾ ਜਿਹੜਾ ਹੈ ਉਹ ਅਗਰ 7 ਸਾਲ ਇੱਥੇ ਗੁਜ਼ਾਰ ਲਿਆ, 7 ਸਾਲ ਦਾ ਹੋ ਜਾਏ, ਫਿਰ ਇਹਨਾਂ ਦੀ ਗਰੰਟੀ ਹੈ ਕਿ ਉਹਨੂੰ ਇੱਥੋਂ ਸਟੇ ਲੱਭ ਜਾਊਗਾ। ਲੇਕਿਨ ਅਗਰ ਐਪਲੀਕੇਸ਼ਨ ਲੀਗਲ ਰਹਿਣ ਦੇ ਵਾਸਤੇ ਪਾਉਣਾ ਚਾਹੁੰ ਤਾਂ ਪਾ ਸਕਦੇ ਨੇ। ਤੁਹਾਡੀ ਕਾਲ ਦਾ ਸ਼ੁਕਰੀਆ, ਵਧੀਆ। ਨੈਕਸਟ ਕਾਲਰ ਵਾਲ ਜੀ। ਜੀ ਮਲਿਕ ਸਾਹਿਬ, ਜੀ ਮਲਿਕ ਸਾਹਿਬ, ਮੇਰਾ ਇੱਕ ਸਵਾਲ ਹੈ ਜੀ। ਮਲਿਕ ਸਾਹਿਬ, ਮੇਰੇ ਐਪਲੀਕੇਸ਼ਨ ਦਾਰੀ ਹੈ, ਅਸਾਲਮ ਪਿਓ ਮੈਂ, ਔਰ ਮੈਨੇ ਐਪਲੀਕੇਸ਼ਨ ਦਾਰੀ ਹੈ, 2 ਸਾਲ ਤਕਰੀਬਨ 2 ਸਾਲ ਹੋ ਗਿਆ, ਉਸਕਾ ਕੋਈ ਜਵਾਬ ਨਹੀਂ ਆਇਆ। ਤੋ ਕਿਆ ਐਪਲੀਕੇਸ਼ਨ ਡਾਲੀ ਹੈ? ਉਸਕੇ ਲਿਏ ਅਪਲਾਈ ਕਰ ਸਕਤਾ? ਆਪਨੇ ਕਿਆ ਅਪਲਾਈ ਕੀਆ, ਕਿਆ ਐਪਲੀਕੇਸ਼ਨ ਡਾਲੀ ਹੈ? ਮੈਨੇ ਡਾਲੀ ਸੀ ਫ੍ਰੈਸ਼ ਐਪਲੀਕੇਸ਼ਨ। ਤੋ ਆਪਕਾ ਕੇਸ ਪਹਿਲੇ ਰਿਫਿਊਜ਼ ਹੋ ਗਿਆ ਥਾ? ਹਾਂ, ਪਹਿਲੇ ਯਾਨੀ 2012 ਮੈਂ ਆਇਆ ਥਾ, ਕੋਰਟ ਹੇਅਰਿੰਗ ਵਗੈਰਾ ਸਭ ਕਰਤੇ ਹੈ। ਰਿਫਿਊਜ਼ ਤੋ ਅਬ ਤੋ ਅਭੀ ਆਪਨੇ ਕਿਆ ਪਤਾ ਕਰਨਾ ਹੈ? ਅਭੀ ਇਹ ਪਤਾ ਕਰਨਾ ਹੈ ਮੇਰੇ ਕੋਲ ਕਿ ਜੌਬ ਕੇ ਲਿਏ ਮੈਂ ਅਪਲਾਈ ਕਰ ਸਕਤਾ ਹੂੰ। ਜੀ ਆਪਕੀ ਕਾਲ ਕਾ ਸ਼ੁਕਰੀਆ। ਨਹੀਂ, ਆਪਣੀ ਆਪਕਾ ਕੇਸ ਪੇ ਅਸਲ ਮੇਂ ਰਿਫਿਊਜ਼ ਹੋ ਗਿਆ ਥਾ, ਅਪੀਲ ਡਿਸਮਿਸ ਹੋ ਗਈ ਥੀ। ਆਪਨੇ ਜੋ ਐਪਲੀਕੇਸ਼ਨ ਡਾਲੀ ਹੈ ਐਸੇ ਟਾਈਮ ਬਾਏ ਕਰਨੇ ਕੇ ਲਿਏ ਡਾਲੀ ਹੈ, ਵੋ ਕਿਸ ਰੋਜ਼ ਇਮੀਗ੍ਰੇਸ਼ਨ ਵਾਲੋ ਨੇ ਆਪਕੀ ਫਾਈਲ ਦੇਖ ਲਈ ਤੋ ਆਪਕੋ ਵੋ ਪਕੜ ਕਰ ਵਾਪਸ ਭਿਜਵਾ ਦੇਂਗੇ, ਕਿਉਂਕਿ ਆਪਕਾ ਕੋਈ ਕੇਸ ਨਹੀਂ ਚੱਲ ਰਿਹਾ, ਤੋ ਬਸ ਵੋ ਲਕੀਲੀ ਆਪ ਇਧਰ ਰਹਿ ਰਹੇ ਹੈ, ਤੋ ਜ਼ਿਆਦਾ ਬਿਹਤਰ ਹੈ ਕਿਸੇ ਵਕੀਲ ਸੇ ਮਿਲਕਰ ਐਡਵਾਈਸ ਲੈ ਲੇ, ਕਾਮ ਕੀ ਪਰਮਿਸ਼ਨ ਇਸ ਸਟੇਜ ਪੇ ਆਪਕੋ ਨਹੀਂ ਦੇਂਗੇ। ਕਾਲ ਕਾ ਸ਼ੁਕਰੀਆ, ਵਧੀਆ। ਨੈਕਸਟ ਕਾਲਰ ਵਾਲ ਜੀ। ਹੈਲੋ, ਹਾਂਜੀ, ਮੈਂ ਨਾ ਪੁੱਛਣਾ ਸੀ ਨਾ, ਹਸਨ ਵਾਈ ਤੇ ਯੂਰਪ ਤੋਂ ਆਏ ਆ, ਠੀਕ ਆ, ਤੇ ਸਾਡੇ ਕੋਲ 5 ਸਾਲ ਦਾ ਵਰਕ ਪਰਮਿਟ ਆ। ਮੇਰੇ ਨਾ ਆਂਟੀ ਉੱਥੇ ਰਹਿੰਦੀ, ਤਾਂ ਉਹਨਾਂ ਦਾ ਆਪਣਾ ਘਰ ਵੱਜਦਾ, ਉਹ ਪਰ ਡਿਸੇਬਿਲਟੀ ਅਲਾਊਂਸ ਲੈਂਦੇ, ਜਿੱਦਾਂ ਉਹ ਆਪਣੀ ਮੌਰਗੇਜ ਪੂਰੀ ਦਿੰਦੇ ਆ, ਪਰ ਉਹ ਨੀ ਉਹਨਾਂ ਕੋਲ ਕੁਛ ਕਲੇਮ ਕਰਦੇ। ਤੇ ਜੇ ਅਸੀਂ ਉਹਨੂੰ ਕੋਈ ਕਿਰਾਏ ਤੇ ਕਮਰਾ ਲੈਣਾ ਹੋਵੇ, ਇੱਦਾਂ ਲੈ ਸਕਦੇ ਕਿ ਨਹੀਂ? ਫਿਰ ਉਹਨਾਂ ਨੂੰ ਹਾਲਾਤ ਚ ਕੀ ਕਰ ਸਕਦੇ ਨੇ? ਤੁਹਾਡੀ ਕਾਲ ਦਾ ਸ਼ੁਕਰੀਆ। ਇਸੇ ਦੇ ਨਾਲ ਪ੍ਰੋਗਰਾਮ ਦਾ ਵੇਲਾ ਸੀ ਉਹ ਹੁਣ ਖਤਮ ਹੋ ਰਿਹਾ। ਅਗਰ ਕਿਸੇ ਦੇ ਵਜ੍ਹਾ ਦੇ ਨਾਲ ਤੁਹਾਡੀ ਕਾਲ ਨਹੀਂ ਮਿਲੀ ਹੈ ਤਾਂ ਅਗਲੇ ਸੈਟਰਡੇ ਨੂੰ 4:30 ਇੱਥੇ ਹੋਵਾਂਗਾ। ਉਸ ਤੱਕ ਤੱਕ ਇਜਾਜ਼ਤ ਦਿਓ, ਰੱਬ ਰਾਖਾ। برو برو دلم چورو چورو نمیخواد دیگه دیگه نمیخوام ببینم ات. های میں ہوں علی کلی مرزا، ہنستے رہیے مسکراتے رہیے، زندگی کے مزے اڑاتے رہیے اور مشکلوں سے پیچھا چھڑاتے رہیے۔ لیکن مشکلیں اگر امیگریشن کی ہوں تو ملک لا چیمبر کو کانٹیکٹ کریں اور مشکلیں اڑن چھو۔ سو فار اینی امیگریشن پرابلم کانٹیکٹ ملک لا چیمبر سولیسیٹرز ناؤ۔